अजे तेरा हूँ फोन मैसेज आया ना, शिंदो ते थाने बैठी हाँ, अंदर भर्ती कराओ। जदों ये फिल्म का शूट मुक्या सी ना, हाँ उदो शिंदो नील पे सी, नील कितने इत्थे नील पै कितने इत्थे, मेरे ते नैक ते फिल्म वाले फिर सूट भी कई दिल च आ जाए है ना, भी भाई आ सूट बड़ा सोहना, फिर ऐं तां तुहानूं रखण दे दिंदे होणगे। ਯਾਰੀ ਯਾਰਾਂ ਦੀ ਕਿਤੇ ਅਜ਼ਮਾਣੀ ਨੀ, ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਵਰਦੀ ਸਵਾਲੀ ਨੀ, ਮਿੱਤਰਾਂ ਦਾ ਨਾਂ ਚੱਲਦਾ ਬਈ। ਅੱਜ ਦੋ ਘੈਂਟ ਘੈਂਟ ਮੁਟਿਆਰਾਂ ਨੇ ਆਉਣਾ, ਸ਼ਿੰਦੋ ਤੂੰ ਐਵੇਂ ਫਿੱਕੀ ਨਾ ਲੱਗੀ, ਅਸੀਂ ਤਿਆਰੀ ਤਾਂ ਤੂੰ ਵੀ ਪੂਰੀ ਕੀਤੀ ਆ। ਲਾ 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 ਅੱਛਾ ਕੰਮ ਪੂਰਾ ਹੋਏ ਹੋਏ। ਆ ਜਾਈਏ ਸ਼ਿੰਦੋ ਜੀ, ਸ਼ਿੰਦੋ ਜੀ ਆਈ ਮੀਨ ਆ ਜਾਓ ਜੀ, ਆ ਜਾਓ। ਵੈਲਕਮ ਜੀ, ਵੈਲਕਮ। ਥੈਂਕ ਯੂ ਜੀ। ਬੈਠੋ ਜੀ, ਬੈਠੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬੈਠੋ ਜੀ, ਬੈਠੋ। ਆਉਣ 'ਚ ਕੋਈ ਤਕਲੀਫ ਤਾਂ ਨਹੀਂ ਹੋਈ ਤੁਹਾਨੂੰ? ਨਹੀਂ ਜੀ, ਬਿਲਕੁਲ ਨਹੀਂ। ਦੇਖੋ ਜੀ, ਮਿੱਤਰਾਂ ਦਾ ਨਾਂ ਚੱਲਦਾ ਪੂਰਾ, ਜੇ ਕੋਈ ਵੀ ਤਕਲੀਫ ਹੋਈ ਹੋਵੇ ਨਾ ਇੱਥੇ ਲਿਖਾ ਦਿਓ, ਆਪਾਂ ਪੂਰੀ ਕਾਰਵਾਈ ਕਰਾਂਗੇ। ਠੀਕ ਹੈ ਜੀ। ਵੈਸੇ ਸੋਹਣੇ ਬਹੁਤ ਲੱਗ ਰਹੇ ਹੋ ਤੁਸੀਂ। ਤੁਸੀਂ ਵੀ ਜੀ। ਥੈਂਕ ਯੂ। ਵਰਦੀ ਤਾਂ ਤੁਹਾਨੂੰ ਜੱਚਦੀ ਬਹੁਤ ਹੈ। ਥੈਂਕ ਯੂ ਜੀ, ਥੈਂਕ ਯੂ। ਉਹ ਸਾਡਾ ਤਾਂ ਕੰਮ ਹੀ ਇਹ ਹੈ, ਵਰਦੀ ਪਾ ਕੇ ਬਸ ਬਹਿ ਜਾਓ ਅਤੇ ਕਾਰਵਾਈਆਂ ਕਰੀ ਜਾਓ। ਅੱਛਾ, ਗੱਲਾਂ ਬਾਤਾਂ ਤਾਂ ਆਪਣੀਆਂ ਚੱਲਦੀਆਂ ਰਹਿਣੀਆਂ ਜੀ। ਸਭ ਤੋਂ ਪਹਿਲਾਂ ਨਾ ਤੁਸੀਂ ਆਪਦੀ ਇੱਕ ਇੰਟਰੋ ਦੇ ਦਿਓ, ਵੀ ਪਤਾ ਲੱਗੇ ਵੀ ਭਾਈ ਕੌਣ ਕੌਣ ਆਇਆ ਸਾਡੇ ਥਾਣੇ। ਹੈ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤਾਨੀਆ, ਮੈਂ ਆਈ ਹਾਂ ਸ਼ਿੰਦੋ ਦੇ ਥਾਣੇ ਚਾਹ ਪੀਣ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਾਜ ਅਤੇ ਮੈਂ ਵੀ ਆਈ ਹਾਂ ਸ਼ਿੰਦੋ ਦੇ ਥਾਣੇ 'ਚ। ਚਾਹ ਤਾਂ ਨਹੀਂ ਪੀਣਾ ਹੀ, ਪਤਾ ਨਹੀਂ ਕੀ ਹੋਊਗਾ ਇੱਥੇ। ਪੁੱਛ ਗਿੱਛ ਕਰਵਾਉਣਾ, ਮਤਲਬ ਮੈਂ ਕਰੂੰਗੀ ਪੁੱਛ ਗਿੱਛ ਤੁਹਾਡੀ। ਇੱਥੇ ਦੇਖੋ ਜੀ, ਤੁਹਾਡੀ ਫਿਲਮ ਆ ਰਹੀ ਹੈ ਮਿੱਤਰਾਂ ਦਾ ਨਾਂ ਚੱਲਦਾ, ਉਹਦੇ 'ਤੇ ਮੈਂ ਦੇਖੂੰਗੀ ਵੀ ਭਾਈ ਤੁਸੀਂ ਐਜ਼ ਅ ਪਰਸਨ ਹੈ, ਅਤੇ ਫਿਲਮ 'ਚ ਜਿਹੜਾ ਵੀ ਕੁਛ ਹੋਇਆ ਉਹ ਸਾਰੇ ਮਾਮਲੇ ਮਲਾ ਮਲੂ ਕੇ ਵੀ ਕੀ ਸਿੱਟਾ ਨਿਕਲਦਾ, ਫਿਰ ਮੈਂ ਡਿਸਾਈਡ ਕਰੂੰਗੀ ਵੀ ਭਾਈ ਤੁਹਾਡੀ ਫਿਲਮ ਪਾਸ ਹੈ ਕਿ ਨਹੀਂ ਹੈ। ਸੈਂਸਰ ਤਿਆਰ ਹੋ ਜੀ? ਚਲੋ ਜੀ। ਅੱਛਾ, ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਖਾਓ ਪੀਓਗੇ ਕੁਛ, ਕੋਈ ਜੂਸ, ਕੋਈ ਫਾਲੂਦਾ, ਕੋਈ ਗ੍ਰੀਨ ਟੀ, ਕੋਈ ਕੌਫੀ, ਸਭ ਮਿਲਦਾ ਇੱਥੇ। ਤੁਹਾਡਾ ਤਾਂ ਨਾਂ ਚੱਲਦਾ ਹੁਣ ਏਰੀਏ 'ਚ? ਨਹੀਂ, ਬਿਲਕੁਲ ਚੱਲਦਾ ਜੀ। ਲੈ ਐਵੇਂ ਆ ਵਰਦੀ, ਐਵੇਂ ਥੋੜ੍ਹੀ ਪਾਈ ਆ, ਨਾਂ ਚੱਲਦਾ ਪੂਰਾ। ਕੁਛ ਪੀਓਗੇ, ਖਾਓਗੇ ਪੀਓਗੇ? ਮੈਂ ਕਿਹੜੀ ਤਹਿਕੀਕਾਤ ਪਹਿਲਾਂ ਕਰ ਲਈ ਹੈ ਨਾ, ਫਿਰ ਜਾ ਕੇ ਭੇਜਾਂਗੇ ਤੁਹਾਨੂੰ, ਹੈ ਨਾ? ਠੀਕ ਹੈ ਜੀ। ਅੱਛਾ, ਮੈਨੂੰ ਤਾਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀ ਫਿਲਮ ਆ ਮਿੱਤਰਾਂ ਦਾ ਨਾਂ ਚੱਲਦਾ, ਨਾਂ ਤਾਂ ਤੁਸੀਂ ਇਹ ਰੱਖ ਲਿਆ, ਇਕੱਠੀਆਂ ਤੁਸੀਂ ਚਾਰ ਪੰਜ ਕੁੜੀਆਂ ਕਰ ਰੱਖੀਆਂ, ਕੀ ਮਾਮਲਾ ਇਹ ਕਿਵੇਂ ਬਣਿਆ ਇਹ? ਉਹ ਹੈ ਨਾ, ਜਿੱਥੋਂ ਮਰਜ਼ੀ ਵੰਗਾਂ ਚੜਾ ਲਈ, ਅਸੀਂ ਸੋਚਿਆ ਵੰਗਾਂ ਚੜਾ ਲਾਂਗੇ। ਮਿੱਤਰਾਂ ਦਾ ਨਾਂ ਚੱਲਦਾ ਸਿਰਫ ਮੁੰਡਿਆਂ ਦਾ ਥੋੜ੍ਹੀ ਹੋ ਸਕਦਾ, ਕੁੜੀਆਂ ਦਾ ਵੀ ਤਾਂ ਚੱਲ ਹੀ ਸਕਦਾ, ਫਿਰ ਅਸੀਂ ਆਪਣੇ ਆਪ ਨੂੰ ਮਿੱਤਰ ਸਮਝਦੇ ਹਾਂ ਬਸ, ਮਿੱਤਰਾਂ ਦਾ ਨਾਂ ਚੱਲਦਾ। ਆਪਸ ਵਿੱਚ ਸਾਡੀ ਬਹੁਤ ਬਣਦੀ ਹੈ, ਕਰਮ ਅਤੇ ਬਿੰਦਰ ਦੋਨੇ ਸਹੇਲੀਆਂ ਨੇ ਪੱਕੀਆਂ। ਅੱਛਾ ਜੀ। ਅਸੀਂ ਬਸ ਮਿੱਤਰਾਂ ਵਾਂਗੂ ਰਹੀਦਾ, ਸਾਡਾ ਨਾਂ ਚੱਲਦਾ। ਆਹ ਵੈਲਿਡ ਹੈ, ਬਿਲਕੁਲ ਵੈਲਿਡ ਹੈ, ਜ਼ਰੂਰੀ ਥੋੜ੍ਹੀ ਵੀ ਮਿੱਤਰ ਮੁੰਡੇ ਹੀ ਹੋਏ, ਹੈ ਨਾ ਭਾਈ? ਹੁਣ ਤੁਹਾਡੀ ਵਰਦੀ 'ਤੇ ਕਿੰਨੇ ਸਟਾਰ ਲੱਗੇ ਨੇ, ਲੱਗਦਾ ਹੁਣ ਅੱਜ ਤੋਂ ਤੁਸੀਂ ਵੀ ਸਾਡੇ ਮਿੱਤਰ ਹੋ, ਜੇ ਸਾਨੂੰ ਕਦੀ ਲੋੜ ਪੈ ਗਈ ਤਾਂ ਤੁਸੀਂ ਬਚਾ ਹੀ ਲਓਗੇ, ਜੇ ਕਿਤੇ ਸਿਗਨਲ 'ਤੇ ਖਿਲਾਰ ਲਿਆ ਅਸੀਂ ਫੋਨ ਕਰਾ ਦਾਂਗੇ। ਲੈ, ਮੈਂ ਉਹੀ ਤਾਂ ਕਹਿ ਰਹੀ ਹਾਂ, ਤੁਸੀਂ ਆਹੀ ਨਾ ਸਮਝੋ ਵੀ ਮੈਂ ਕੋਈ ਐਵੇਂ ਸ਼ਿੰਦੋ ਥਾਣੇਦਾਰ ਨਹੀਂ ਕੋਈ ਬੈਠੀ ਆ, ਮੈਂ ਤਾਂ ਆਏ ਲੱਗਿਆ ਤਾਂ ਵੀ ਨਾ ਮਾਮੇ ਚਾਚੇ ਤਾਏ ਦੀਆਂ ਕੁੜੀਆਂ ਜਿਵੇਂ ਆਈਆਂ, ਅਸੀਂ ਸਮਝੋ ਵੀ ਕੋਈ ਨਾ ਤੁਹਾਡੇ ਕਜ਼ਨ ਅਫਸਰ ਨਾਲ ਤੁਸੀਂ ਗੱਲਾਂ ਬਾਤਾਂ ਕਰ ਰਹੇ ਹੋ। ਠੀਕ ਹੈ, ਠੀਕ, ਹਾਂ, ਜਮਾਂ ਐਂ ਕੰਫਰਟੇਬਲ ਹੋ ਕੇ ਇਕੱਲੀ ਇਕੱਲੀ ਗੱਲ ਦਾ ਮੇਰਾ ਜਵਾਬ ਦੇ ਦਿਓ, ਅਤੇ ਚਲੋ ਗੱਲਾਂ ਗੁੱਲਾਂ ਤਾਂ ਹੁਣ ਕੁੜੀਆਂ ਇਕੱਠੀਆਂ ਹੋਈਆਂ ਭਾਈ, ਗੱਲਾਂ ਬਾਤਾਂ ਤਾਂ ਗੋਸਿਪ ਗੁਸਿਪ ਚੁਗਲੀਆਂ, ਚਲੋ ਚੁਗਲੀਆਂ ਚੱਲਦੀਆਂ ਰਹਿਣਗੀਆਂ ਥਾਣੇ 'ਚ ਵੀ ਕੀ ਹੈ, ਹੈ ਨਾ ਇੱਥੇ। ਹਾਂ, ਅੱਛਾ ਮੈਨੂੰ ਇਹ ਦੱਸੋ ਵੀ ਸੋਹਣੇ ਤੁਸੀਂ ਬਹੁਤ ਜ਼ਿਆਦਾ ਲੱਗ ਰਹੇ ਹੋ, ਬਣ ਠਾ ਕੇ ਪੂਰਾ ਆਏ ਹੋ, ਇਹ ਜਦੋਂ ਤੁਸੀਂ ਕਿਤੇ ਨਿਕਲਦਾ ਹੁੰਦਾ ਤਾਂ ਅੱਜ ਕੀ ਪਾਉਣਾ, ਕਿਵੇਂ ਬਣਨਾ, ਕਿਹੜਾ ਹੇਅਰ ਸਟਾਈਲ ਕਰਨਾ, ਇਹ ਤੁਸੀਂ ਆਪ ਹੀ ਡਿਸਾਈਡ ਕਰਕੇ ਆਉਣੇ ਕਿ ਇਹ ਵੀ ਕੋਈ ਸਲਾਹ ਦੇਣ ਲਈ ਬੰਦਾ ਰੱਖਿਆ ਤੁਸੀਂ? ਕਈ ਵਾਰੀ ਜੀ ਆਪ ਕਰ ਲਈਦਾ, ਕਈ ਵਾਰੀ ਸਲਾਹ ਵੀ ਲੈ ਲਈਦੀ ਹੈ, ਡਿਪੈਂਡ ਕਰਦਾ ਵੀ ਉਸ ਦਿਨ ਮੂਡ ਕੀ ਚੱਲ ਰਿਹਾ। ਅੱਛਾ, ਕਈ ਵਾਰ ਆਪ ਨਹੀਂ ਸੂਟ ਆਉਂਦਾ ਤਾਂ ਪੁੱਛਣਾ ਪੈਂਦਾ ਜੀ। ਹੁਣ ਦੇਖੋ, ਜੇ ਫਿਲਮਾਂ ਹੁੰਦੀਆਂ ਸਾਡੀਆਂ, ਅਸੀਂ ਖੁਦ ਤਾਂ ਕੋਸਟਿਊਮ ਡਿਸਾਈਡ ਨਹੀਂ ਕਰ ਸਕਦੇ, ਸੋ ਉਦੋਂ ਸਲਾਹਕਾਰ ਰੱਖਿਆ ਹੁੰਦਾ ਹੈ।
ਫਿਰ ਉਹ ਤੁਹਾਨੂੰ ਸਲਾਹ ਦਿੰਦੇ ਵੀ ਭਾਈ ਵੀ ਆਹ ਪਾਓ ਤੁਹਾਡੇ ਤੇ ਆ ਜਾਚੂਗਾ ਆਹ ਦੇਖੋ ਐ ਲਾਲ ਗੂੜਾ ਸੁਹਾ ਰੰਗ ਪਾਇਆ ਹੈ ਆਹ ਦੇਖੋ ਪੂਰਾ ਹਾਏ ਹਾਏ ਰੰਗ ਜਮਾ ਹੀ ਇੱਟੇ ਚ ਚਿਣ ਕੇ ਪਾ ਕੇ ਆਏ ਹੋ ਤੁਸੀਂ ਆਹ ਦੇਖ ਲਓ ਮੈਂ ਵਿਆਹਾਂ ਸ਼ਾਦੀਆਂ 'ਚ ਹੀ ਪਾ ਸਕਦੇ ਹੂੰ ਤਾਂ ਵਰਦੀ ਪਾ ਕੇ ਬੈਠਣਾ ਹੁੰਦਾ ਮੈਂ ਹਨਾ ਥਾਣੇ 'ਚ ਬਸ ਇੱਥੇ ਬੈਠੇ ਰਹੋ ਅੱਜ ਤਾਂ ਨਾ ਮੈਂ ਕਹਿੰਦੀ ਹਾਂ ਮੈਂ ਗਦ ਗਦ ਹੋ ਗਈ ਤੁਹਾਡੇ ਪੈਰ ਭਾਈ ਮੈਨੂੰ ਤਾਂ ਚਾਹੀ ਚੜ ਗਿਆ ਮੈਂ ਕਿਹਾ ਬਈ ਦੋ ਘੈਂਟ ਘੈਂਟ ਮੁਟਿਆਰ ਆਉਣ ਲੱਗਿਆ ਗੱਲਾਂ ਦਾ ਤਾਂ ਸਿਰਾ ਲੱਗ ਜਾਣਾ ਹਾਏ ਹਾਏ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਆਖਰੀ ਵਾਰ ਹੈ ਕਿਹੜੀ ਅਜਿਹੀ ਫਿਲਮ ਜਾਂ ਸੀਰੀਜ਼ ਦੇਖੀ ਵੀ ਜਿਹਨੂੰ ਦੇਖ ਕੇ ਤੁਹਾਨੂੰ ਐਂ ਲੱਗਿਆ ਹੋਵੇ ਵੀ ਭਾਈ ਵੀ ਇਹ ਤਾਂ ਉੱਤੇ ਤਾਂ ਕੁਛ ਨਹੀਂ ਹੈਗਾ ਐਕਚੁਅਲੀ ਮੈਂ ਦੇਖ ਰਹੀ ਹਾਂ ਫਰਜ਼ੀ ਅੱਛਾ ਫਰਜ਼ੀ ਇਜ਼ ਨਾਈਸ ਆਈ ਥਿੰਕ ਦੈਟਸ ਅ ਸੀਰੀਜ਼ ਸ਼ਾਹਿਦ ਕਪੂਰ ਵਾਲੀ ਉਹਦੇ ਵਿੱਚ ਸ਼ਾਹਿਦ ਕਪੂਰ ਇੱਕ ਗਰੀਬ ਘਰ ਦੇ ਮੁੰਡੇ ਦਾ ਰੋਲ ਨਿਭਾ ਰਿਹਾ ਬਟ ਮੈਂ ਇੰਨਾ ਸੋਹਣਾ ਗਲੈਮਰਸ ਗਰੀਬ ਦਾ ਕੈਰੈਕਟਰ ਪਹਿਲੀ ਵਾਰ ਦੇਖ ਰਹੀ ਹਾਂ ਸੋ ਮੈਨੂੰ ਬੜਾ ਮਜ਼ਾ ਆ ਰਿਹਾ ਦੇਖ ਕੇ ਨਹੀਂ ਮੈਂ ਮਾਜਾ ਕੀ ਨਾਮ ਹੈ ਫਰਜ਼ੀ ਫਰਜ਼ੀ ਹਾਂ ਤੇ ਤੁਸੀਂ ਮੈਂ ਤੇ ਕੱਲ ਡਬਿੰਗ ਵੇਲੇ ਆਪਣੀ ਫਿਲਮ ਵੇਖੀ ਮਿੱਤਰਾਂ ਦਾ ਨਾਂ ਚੱਲਦਾ ਮੈਨੂੰ ਤਾਂ ਲੱਗਦਾ ਇਸ ਤੋਂ ਵਧੀਆ ਕੁਛ ਹੈ ਹੀ ਨਹੀਂ ਮੈਂ ਮਰ ਜਾ ਬਸ ਤੁਸੀਂ ਰਿਪੋਰਟ ਪਾਸ ਕਰ ਦਿਓ ਸਾਡੀ ਵੀ 8 ਤਰੀਕ ਨੂੰ ਆ ਰਹੀ ਹੈ ਤੇ ਕੋਈ ਰੋਕੇ ਨਾ ਕਿਸੇ ਨੂੰ ਸਿਗਨਲ ਆ ਉੱਤੇ ਸਾਡੀ ਫਿਲਮ ਵੇਖਦੇ ਜਾਂਦੇ ਨੂੰ ਲੈ ਆਏ ਕਿਵੇਂ ਰੋਕ ਦੂੰ ਮੈਂ ਦੱਸੀ ਜਾਂਦੀ ਹਾਂ ਤਾਨੀਆ ਜੀ ਮਿੱਤਰਾਂ ਦਾ ਨਾਂ ਚੱਲਦਾ ਹੈ ਸ਼ਿੰਦੋ ਕੋਈ ਐਵੇਂ ਨਹੀਂ ਲਾਈ ਇੱਥੇ ਆਹੋ ਫਿਲਮੀ ਥਾਣਾ ਐਡਾ ਪਾ ਕੇ ਦਿੱਤਾ ਸਰਕਾਰ ਨੇ ਐਵੇਂ ਕਿਵੇਂ ਤੁਹਾਨੂੰ ਕੁਛ ਕਹਿ ਜੂ ਫਿਲਮ ਤਾਂ ਦੇਖੋ ਜੀ ਜੇ ਤੁਸੀਂ ਵਿੱਚ ਆਏ ਹੋ ਨਾ ਤਾਂ ਮੈਂ ਕਹਿੰਦੀ ਸਿਰਾ ਤਾਂ ਲੱਗੇ ਹੀ ਸਮਝੋ ਆਹ ਜਿਹੜੀਆਂ ਤੁਸੀਂ ਮੈਨੂੰ ਫਿਲਮਾਂ ਦੱਸੀਆਂ ਇਹ ਮੈਂ ਲਿਖਣੀਆਂ ਕੱਲ੍ਹ ਨੂੰ ਕਿਤੇ ਪ੍ਰਭਾਵ ਪਾਉਣਾ ਪੈ ਜਾਂਦਾ ਤਾਂ ਮੈਂ ਵੀ ਕੂਲ ਜਿਹਾ ਥੋੜ੍ਹਾ ਬਣ ਸਕਦੀ ਹਾਂ ਨਾ ਨਾਮ ਲੈ ਕੇ ਵੀ ਮਿੱਤਰਾਂ ਦਾ ਨਾਂ ਚੱਲਦਾ ਫਿਲਮ ਦੇਖੋ ਅਤੇ ਭਾਈ ਇੱਕ ਫਰਜ਼ੀ ਫਰਜ਼ੀ ਦੇਖੋ ਸ਼ਾਹਿਦ ਕਪੂਰ ਦੀ ਤਾਂ ਆਹ ਦੋਵੇਂ ਨਾਮ ਲਿਖ ਲਏ ਅੱਛਾ ਜਿਵੇਂ ਨਾ ਤਾਨੀਆ ਜੀ ਗੱਲ ਇਹ ਆ ਵੀ ਜਿਵੇਂ ਮੈਂ ਤਾਂ ਸੀਗੀ ਪੁਲਿਸ 'ਚ ਮਤਲਬ ਮੈਂ ਚਲੋ ਪੁਲਿਸ 'ਚ ਆਈ ਮੇਰੇ 'ਤੇ ਤਾਂ ਮੇਰੇ ਫਾਦਰ ਸਾਹਿਬ ਦਾ ਬੜਾ ਪ੍ਰਭਾਵ ਸੀ ਹੈ ਨਾ ਤੁਹਾਡਾ ਤਾਂ ਕੰਮ ਹੀ ਅੱਡ ਹੈ ਤੁਹਾਡੇ 'ਤੇ ਕਿਹੜੀ ਫਿਲਮ ਦੇਖ ਕੇ ਵੀ ਐਂ ਲੱਗਿਆ ਵੀ ਭਾਈ ਐਕਟਿੰਗ ਦਾ ਕੀੜਾ ਲੱਗ ਗਿਆ ਵੀ ਭਾਈ ਇਹ ਤੋਂ ਬਾਅਦ ਤਾਂ ਮੈਂ ਬਸ ਆਹ ਫਿਲਮ ਦੇਖੀ ਅਤੇ ਮੈਂ ਤਾਂ ਐਕਟਰੈਸ ਹੀ ਬਣ ਮੈਂ ਤਾਂ ਫਿਲਮ ਦੇਖੀ ਜੀ ਹਮ ਦਿਲ ਦੇ ਚੁੱਕੇ ਸਨਮ ਅੱਛਾ 98 ਵਿੱਚ ਅੱਛਾ 2000 'ਚ ਫੇਰ ਵੇਖੀ ਅਤੇ ਮੈਨੂੰ ਤਾਂ ਲੱਗ ਗਿਆ ਕੀੜਾ ਤੇ ਫਿਰ ਪਤਾ ਨਹੀਂ ਮੈਂ ਕਿੰਨੀ ਹਜ਼ਾਰ ਵਾਰੀ ਫਿਲਮ ਦੇਖੀ ਤੇ ਘਰਦਿਆਂ ਨੇ ਹਟਾਇਆ ਨਹੀਂ ਕੋਈ ਤੁਹਾਨੂੰ ਵੀ ਐਡੀ ਫਿਲਮ ਇੱਕ ਹੀ ਵਾਰ ਘਰਦਿਆਂ ਨੇ ਟੇਬਲ ਹੀ ਕਟਾਤੀ ਉਸ ਤੋਂ ਬਾਅਦ ਮੇਰੀ ਸਾਰੀ ਲਾਈਫ ਬਿਨਾਂ ਟੀਵੀ ਤੋਂ ਕੱਟਣੀ ਪਈ ਬਸ ਤੇ ਹੁਣ ਫਿਰ ਹੁਣ ਤਾਂ ਤੁਸੀਂ ਆਪ ਫਿਲਮਾਂ 'ਚ ਆਉਣ ਲੱਗੇ ਹੁਣ ਹੁਣ ਘਰਦੇ ਕਟਾ ਕੇ ਦੇਖਣ ਕੇਬਲ ਹੁਣ ਤਾਂ ਘਰਦੇ ਆਪ ਮੂਹਰੇ ਹੋ ਬਹਿੰਦੇ ਹੁਣ ਵੀ ਖੜ ਜਾਓ ਚੁੱਪ ਕਰ ਜਾਓ ਸਾਰੇ ਤਾਨੀਆਂ ਦੀ ਫਿਲਮ ਆ ਰਹੀ ਹੈ ਹਨਾ ਹੁਣ ਤਾਂ ਜਦੋਂ ਨਵੇਂ ਨਵੇਂ ਆਏ ਸੀ ਉਦੋਂ ਤਾਂ ਘਰੇ ਇੰਟਰਵਿਊ ਆਪ ਹੀ ਲਾ ਲੈਂਦੇ ਸੀ ਜਿਹੜਾ ਘਰ ਗੈਸਟ ਆਉਂਦਾ ਸੀ ਉਦੋਂ ਇੰਟਰਵਿਊ ਲਾ ਲੈਂਦੇ ਸੀ ਲੇਟਰ ਓਨ ਜਦ ਦੇਖੀ ਉਦੋਂ ਮੈਨੂੰ ਚਾਅ ਜਿਹਾ ਚੜ ਗਿਆ ਸੀ ਲਾਈਕ ਉਹਦੇ ਡਾਇਲੋਗਸ ਉਹਦੇ ਆਊਟਫਿਟਸ ਜਿਵੇਂ ਦਾ ਉਹਦਾ ਕੈਰੇਕਟਰ ਸੀ ਲਾਊਡ ਤੁਸੀਂ ਜਿਹੜੀ ਫਿਲਮ ਦੱਸੀ ਹੈ ਤਾਂ ਉਹੀ ਹੈ ਨਾ ਬਜੀ ਚ ਕੌਣ ਹੈ ਜਿਸਨੇ ਮੁਝੇ ਮੁੜ ਕੇ ਨਹੀਂ ਦੇਖਾ ਕਿਹੜਾ ਕੌਣ ਹੈ ਜਿਸਨੇ ਪਿੱਛੇ ਮੁੜ ਕੇ ਮੁਝੇ ਨਹੀਂ ਦੇਖਾ ਇਹ ਤਾਂ ਮੈਂ ਵੀ ਬੜੀ ਵਾਰ ਦੇਖੀ ਆ ਮੈਂ ਵੀ ਬੜੀ ਵਾਰ ਦੇਖੀ ਆ ਆਹੋ ਮੈਂ ਵੀ ਕਹਾਂ ਠੀਕ ਸੀ ਕਿਹੜਾ ਕੈਰੈਕਟਰ ਪਸੰਦ ਮੈਨੂੰ ਵੀ ਆਹੀ ਪੂ ਵਾਲਾ ਅੱਛਾ ਮੈਂ ਤਾਂ ਮੈਨੂੰ ਲੱਗਦਾ ਮੈਨੂੰ ਲੱਗਦਾ ਇਹਨਾਂ ਨੇ ਦ੍ਰਿਸ਼ਿਅਮ ਹੀ ਵੇਖੀ ਹੈ ਤਾਂ ਬੁਵਲ ਯੂਨੀਫਾਰਮ ਪਾ ਕੇ ਬੈਠੇ ਉਹ ਵੀ ਮੈਂ ਦੇਖੀ ਆ ਪਰ ਉਹ ਤਾਂ ਮੈਂ ਐਡਾ ਪ੍ਰਭਾਵਿਤ ਨਹੀਂ ਹੋਈ ਬੜੀ ਸੀਰੀਅਸ ਜੀ ਹੈ ਮੈਂ ਸੀਰੀਅਸ ਜਾ ਰਹਿ ਕੇ ਨਾ ਮੈਂ ਮੂੰਹ ਜਾ ਮੈਂ ਡੱਲ ਜਾ ਰਹਿੰਦਾ ਹੈਗਾ ਆਪਾਂ ਦੇਖੋ ਫਿਲਮੀ ਥਾਣਾ ਖੋਲ ਲਿਆ ਹੈ ਤੇ ਫਿਲਮੀ ਵਾਲੀਆਂ ਗੱਲਾਂ ਪੂਰੀਆਂ ਗੱਲਬਾਤ ਅੱਛਾ ਇੱਕ ਮੇਰਾ ਇਹ ਸਵਾਲ ਸੀ ਵੀ ਭਾਈ ਜਦੋਂ ਮੈਂ ਜਾਂਦੀ ਹਾਂ ਰਿਸ਼ਤੇਦਾਰੀ 'ਚ ਹੈ ਨਾ ਉਹਨਾਂ ਨੂੰ ਮੇਰੇ ਰਿਸ਼ਤੇਦਾਰ ਪੁੱਛੇ ਜਾਣਗੇ ਪੁਲਿਸ ਦੇ ਦਾਓ ਪੇਚ ਵੀ ਭਾਈ ਸ਼ਿੰਦੋ ਵੀ ਆਏ ਪੁਲਿਸ ਵਾਲੇ ਆਹ ਕਿਵੇਂ ਹੁੰਦੀ ਆ ਆਹ ਕਾਰਵਾਈ ਕਿਵੇਂ ਹੁੰਦੀ ਆ ਤੁਹਾਡਾ ਤਾਂ ਹੈਗਾ ਵੱਖਰਾ ਹੈ ਨਾ ਜਮਾਂ ਹੀ ਪੁਲਿਸ ਵਾਲਿਆਂ ਤੋਂ ਜਮਾਂ ਹਟ ਕੇ ਕੰਮ ਕਾਰ ਤੁਹਾਨੂੰ ਨਹੀਂ ਕਹਿੰਦੇ ਜਦੋਂ ਤੁਸੀਂ ਰਿਸ਼ਤੇਦਾਰੀ 'ਚ ਜਾਂਦੇ ਹੋ ਵੀ ਭਾਈ ਅੰਦਰ ਦੀਆਂ ਗੱਲਾਂ ਦੱਸੋ ਸਾਨੂੰ ਫਿਲਮ ਇੰਡਸਟਰੀ ਦੀਆਂ ਰਿਸ਼ਤੇਦਾਰ ਕਹਿੰਦੇ ਤਾਂ ਹੁਣੇ ਆ ਮੰਨ ਹੀ ਨਹੀਂ ਸਕਦੀ ਮੈਂ ਇਹ ਗੱਲ ਮੰਨ ਹੀ ਨਹੀਂ ਸਕਦੀ ਰਿਸ਼ਤੇਦਾਰ ਵਰਗੀ ਕੱਬੀ ਚੀਜ਼ ਕੋਈ ਕਹਿ ਸਕਦੇ ਹੋ ਮੰਨ ਸਕਦੇ ਹੋ ਕੋਈ ਇਹ ਗੱਲ ਮੈਂ ਮੰਨ ਸਕਦੀ ਪੁੱਛਦੇ ਤਾਂ ਹੋਣਗੇ ਕਿੱਥੇ ਸਾਹ ਲੈਣ ਦਿੰਦੇ ਆ ਰਿਸ਼ਤੇਦਾਰ ਆਹੋ ਨਹੀਂ ਪੁੱਛਦੇ ਨੇ ਪਰ ਉਹਨਾਂ ਦਾ ਜ਼ਿਆਦਾ ਇਹ ਹੁੰਦਾ ਕਿ ਉਹ ਰੀਅਲ ਲਾਈਫ ਦੇ ਵਿੱਚ ਕਿਵੇਂ ਦੇ ਨੇ ਜਿੱਦਾਂ ਗਿੱਪੀ ਜੀ ਉਹ ਰੀਅਲ ਲਾਈਫ ਦੇ ਵਿੱਚ ਕਿਵੇਂ ਦੇ ਨੇ ਜਾਂ ਇਹੋ ਜਿਹੇ ਸਵਾਲ ਪੁੱਛਦੇ ਕੁਝ ਅੰਦਰਲੀਆਂ ਗੱਲਾਂ ਤੋਂ ਚੁਗਲੀਆਂ ਤਾਂ ਕੌਣ ਪੁੱਛਦਾ ਹੁਣ ਨਾ ਉਹਨਾਂ ਨੂੰ ਪਤਾ ਉਹ ਕੌਣ ਨੇ ਫਿਰ ਤੁਸੀਂ ਕੀ ਦੱਸਦੇ ਹੁੰਦੇ ਹੋ
ਦੱਸਣਾ ਹੀ ਪੈਂਦਾ ਹੁਣ ਥੋੜ੍ਹਾ ਬਹੁਤ ਅਸੀਂ ਲਾ ਲਾ ਕੇ ਮਸਾਲੇ ਦੱਸਦੇ ਤਾਂ ਨਹੀਂ ਮੈਨੂੰ ਤਾਂ ਮੇਰੇ ਉਹ ਪੁੱਛਦੇ ਆ ਵੀ ਅੱਛਾ ਫਿਰ ਤਾਂ ਤੁਹਾਨੂੰ ਮੇਕਅਪ ਆਰਟਿਸਟ ਮਿਲਦਾ ਹੋਣਾ ਫਿਰ ਤੁਹਾਨੂੰ ਹੇਅਰ ਹਲੇ ਮਿਲਦੇ ਹੋਣੇ ਅੱਛਾ ਫਿਰ ਤੂੰ ਤੁਹਾਨੂੰ ਤਾਂ ਨਵੇਂ ਨਵੇਂ ਤਰੀਕੇ ਆਉਂਦੇ ਹੋਣੇ ਵਾਲ ਬਣਾਉਣ ਦੇ ਸੋ ਮੇਰੇ ਵੱਲੇ ਤਾਂ ਥੋੜ੍ਹਾ ਐਂ ਪੁੱਛਦੇ ਮੈਂ ਤਾਂ ਇੰਝ ਲੱਗਦਾ ਦੇਖੋ ਭਾਈ ਜਿਹੜੇ ਤੁਸੀਂ ਸੂਟ ਜੇ ਆਉਂਦੇ ਆ ਹਨਾ ਤੁਹਾਨੂੰ ਤੋਂ ਹੀ ਜੇ ਮਿਲ ਜਾਂਦੇ ਤੁਹਾਨੂੰ ਤਾਂ ਪੈਸੇ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹੋਣੀ ਮੈਨੂੰ ਤਾਂ ਐਂ ਲੱਗਦਾ ਵੀ ਭਾਈ ਜਿਹੜੀ ਤੁਸੀਂ ਜੂਲਰੀ ਹੋ ਗਈ ਜੁੱਤੀ ਹੋ ਗਈ ਸੂਟ ਹੋ ਗਏ ਤੁਹਾਨੂੰ ਜਿਹੜੀ ਮਤਲਬ ਕਹਿੰਦੇ ਨੇ ਵੀ ਭਾਈ ਤਾਨੀਆ ਜੀ ਰਾਜ ਜੀ ਇੱਕ ਵਾਰੀ ਪਾ ਕੇ ਇਹਦੀ ਫੋਟੋ ਕਰ ਤਾਂ ਸਾਡੀ ਪ੍ਰਮੋਸ਼ਨ ਕਰ ਦਿਓ ਤੁਸੀਂ ਜੀ ਆਉਂਦੇ ਹੋਣੇ ਤੁਹਾਨੂੰ ਤਾਂ ਸਾਡੇ ਬਹੁਤ ਪੈਸੇ ਲੱਗਦੇ ਆ ਅਸੀਂ ਬਹੁਤ ਲੱਕੀ ਵੀ ਆ ਕਿ ਸਾਨੂੰ ਇਹ ਚੀਜ਼ ਹੁੰਦੀ ਹੈ ਬਟ ਪੈਸੇ ਖੁਦ ਵੀ ਲਾਉਣੇ ਪੈਂਦੇ ਆ ਪ੍ਰਮੋਸ਼ਨਾਂ ਤੇ ਤਾਂ ਨਹੀਂ ਕੋਈ ਕੁਝ ਵੀ ਮਿਲਦਾ ਅੱਛਾ ਫਿਲਮਾਂ ਦੇ ਵਿੱਚ ਸੋਹਣੇ ਸੋਹਣੇ ਕੱਪੜੇ ਮਿਲ ਜਾਂਦੇ ਆ ਹਾਂ ਤੇ ਫਿਲਮਾਂ ਵਾਲੇ ਫਿਰ ਸੂਟ ਵੀ ਕਈ ਜੇ ਦਿਲ ਚ ਆ ਜੇ ਹਨਾ ਵੀ ਭਈ ਆਹ ਸੂਟ ਬਾਹਲਾ ਸੋਹਣਾ ਤੇ ਫਿਰ ਉਹ ਐਂ ਤਾਂ ਤੁਹਾਨੂੰ ਰੱਖਣ ਦੇ ਦਿੰਦੇ ਹੋਣਗੇ ਤੁਹਾਨੂੰ ਰੱਖਣ ਦਿੰਦੇ ਨੇ ਰੱਖਣ ਨਹੀਂ ਦਿੰਦੇ ਆਪਣਾ ਭਾਵੇਂ ਸੈੱਟ ਤੇ ਰਹਿ ਜੇ ਆਪਣਾ ਸੈੱਟ ਤੇ ਰਹਿ ਜਵੇ ਕੋ ਐ ਨਹੀਂ ਹੁੰਦਾ ਸੈੱਟ ਵਾਲਾ ਕੋਈ ਸਾਡੇ ਘਰ ਨਹੀਂ ਜਾਂਦਾ ਮੇਰੀ ਕਰਾਇਓ ਗੱਲ ਮੈਂ ਦੱਸੂ ਵੀ ਐ ਕਿਵੇਂ ਕੁੜੀਆਂ ਖਾਲੀ ਹੱਥ ਮੋੜਦੇ ਹੋ ਹਾਂ ਤਾਂ ਹੀ ਤੇ ਤੁਹਾਡੇ ਨਾਲ ਯਾਰੀ ਪਾਣ ਆਇਆ ਸੀ ਇੱਕ ਦਿਨ ਪਹਿਲੇ ਦਬਕਾ ਵਜਵਾ ਕੇ ਅਸੀਂ ਦੋਵਾਂ ਨੇ ਪੂਰੇ ਟਰੰਕ ਚੋਰੀ ਕਰਵਾ ਲੈਣੇ ਲੈ ਮੈਂ ਨਾਲ ਆ ਤੁਹਾਡੇ ਮੈਨੂੰ ਲੈ ਜਾ ਨਾਲ ਮੈਂ ਦੇਖਦੀ ਆ ਕਿਹੜਾ ਬੰਦਾ ਤੁਹਾਨੂੰ ਟਰੰਕ ਚੱਕਣ ਤੋਂ ਰੋਕਦਾ ਮੈਨੂੰ ਦੱਸ ਦਿਓ ਨਹੀਂ ਤਾਂ ਮੈਂ ਡੈਂਪੀ ਨੂੰ ਭੇਜ ਕੇ ਤੁਹਾਡਾ ਟਰੰਕ ਆਪੇ ਚੱਕਵਾ ਦੂੰ ਅਗਲੀ ਫਿਲਮ ਤੋਂ ਪੱਕਾ ਰਿਆ ਬਾ ਠੀਕ ਆ ਮੈਨੂੰ ਪਤਾ ਆ ਤਾਂ ਤੁਸੀਂ ਆ ਹੁਣ ਪੈਰ ਬਾਹਰ ਪਾਇਆ ਤੇ ਅਗਲੀ ਫਿਲਮ ਨਾਲ ਦੀ ਨਾਲ ਅਨਾਉਂਸ ਹੋ ਗਈ ਤੁਹਾਡੇ ਤੇ ਤਿਆਰੀਆਂ ਪੂਰੀਆਂ ਫੁੱਲ ਰਹਿੰਦੀਆਂ ਨੇ ਅੱਛਾ ਕਤਾਨੀਆ ਜੀ ਤੁਹਾਡੇ ਲਈ ਅਗਲਾ ਮੇਰਾ ਸਵਾਲ ਸਵਾਲ ਤਾਂ ਨਹੀਂ ਵੀ ਮੇਰੀ ਦਿਲੀ ਉਹ ਆ ਤੁਹਾਨੂੰ ਨਾ ਮੈਂ ਕਿਤੇ ਕਹਿੰਦੇ ਸੁਣਿਆ ਸੀ ਤੁਸੀਂ ਕਿਹਾ ਸੀ ਵੀ ਭਈ ਜੇ ਵੀ ਤੁਸੀਂ ਚਾਹੁੰਦੇ ਹੋ ਵੀ ਸੰਜੇ ਲੀਲਾ ਪੰਸਾਲੀ ਉਹਨਾਂ ਦੀ ਕੋਈ ਫਿਲਮ ਤੁਹਾਨੂੰ ਆਫਰ ਆਵੇ ਹਨਾ ਤੇ ਮੰਨ ਲਓ ਵੀ ਭਈ ਸੰਜੇ ਲੀਲਾ ਪੰਸਾਲੀ ਜੀ ਦਾ ਤੁਹਾਨੂੰ ਆ ਗਿਆ ਆਫਰ ਫਿਲਮ ਦਾ ਤੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਗੁੱਸੇ ਵਾਲਾ ਹੈ ਕੱਬਾ ਕੁੜੀ ਵਾਲਾ ਕਿਰਦਾਰ ਨਿਭਾਓ ਕੇ ਦੱਸਣਾ ਤੁਸੀਂ ਤੇ ਆਡੀਸ਼ਨ ਦਾ ਹੈਗਾ ਤੁਹਾਨੂੰ ਮੈਂ ਦੋ ਤਿੰਨ ਲਾਈਨਾਂ ਦੱਸ ਦਿੰਦੀ ਹਾਂ ਤੁਸੀਂ ਗੁੱਸੇ 'ਚ ਬੋਲ ਕੇ ਦਿਖਾਉਣਾ ਠੀਕ ਹੈ ਵੀ ਮੈਂ ਸੰਜੇ ਲੀਲਾ ਪੰਸਾਲੀ ਜੀ ਨੂੰ ਜੇ ਕੱਲ੍ਹ ਰਿਕਾਰਡ ਦਿਖਾਉਣਾ ਪੈ ਗਿਆ ਤਾਂ ਉਹ ਵੀ ਕਹਿਣ ਵੀ ਭਈ ਹਾਂ ਤਾਨੀਆਂ ਕਮਾਲ ਕਰਕੇ ਗਈ ਆ ਹਨਾ ਲੈਣਾ ਹੈਗੀਆਂ ਨੇ ਵੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਮੈਂ ਜਦੋਂ ਬਿਜ਼ੀ ਹੁੰਦੀ ਹਾਂ ਮੈਨੂੰ ਫੋਨ ਨਾ ਕਰਿਆ ਕਰ ਪਰ ਤੂੰ ਹਟਦਾ ਕਿਉਂ ਨਹੀਂ ਮੈਨੂੰ ਕੋਈ ਮੈਸੇਜ ਕੋਈ ਤੇਰਾ ਫੋਨ ਨਹੀਂ ਆਉਣਾ ਚਾਹੀਦਾ ਗੱਲ ਪੈ ਗਈ ਖਾਨੇ ਇਹ ਬੋਲਣਾ ਤੁਸੀਂ ਐ ਗੁੱਸੇ 'ਚ ਹਾਂ ਨਾ ਮੈਂ ਤੈਨੂੰ ਕਿੰਨੀ ਵਾਰੀ ਕਹਿ ਮੈਨੂੰ ਤੇਰਾ ਕੋਈ ਫੋਨ ਮੈਸੇਜ ਆਉਣਾ ਨਹੀਂ ਚਾਹੀਦਾ ਨਾ ਜੇ ਤੇਰਾ ਹੁਣ ਫੋਨ ਮੈਸੇਜ ਆਇਆ ਨਾ ਸ਼ਿੰਦੋ ਦੇ ਥਾਣੇ ਬੈਠੀ ਹਾਂ ਅੰਦਰ ਭਰਤੀ ਕਰਾਓ ਤੇਰਾ ਫੋਨ ਮੈਨੂੰ ਆਉਣਾ ਨਹੀਂ ਚਾਹੀਦਾ ਨਾ ਸਾਵ ਲਾ ਲਈ ਤੂੰ ਆਪਦਾ ਹਾਏ 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 ਮੈਨੂੰ ਤਾਂ ਬਿੰਦਰ ਹੀ ਦਿਸ ਪਈ ਸੀ ਜਮਾ ਬਿੰਦਰ ਵੀ ਇੱਕ ਬਸਵਾ ਚੱਕੀ ਫਿਰਦੀ ਹੈ ਬਸਵਾਈ ਚੱਕੀ ਫਿਰਦੀ ਬਿੰਦਰ ਤੁਸੀਂ ਫਿਲਮ ਤਾਂ ਦੇਖਿਓ ਵੈਸੇ ਸੰਜੇ ਲੀਲਾ ਪੰਸਾਲੀ ਜੀ ਖੁਸ਼ ਹੋਣਗੇ ਅੱਛਾ ਜਿਵੇਂ ਮੈਂ ਮੇਰੇ ਹੀ ਗੱਲ ਲਾ ਲਓ ਵੀ ਭਈ ਮੇਰੇ ਤਾਂ ਚਲੋ ਜਿਵੇਂ ਫਾਦਰ ਸਾਹਿਬ ਸੀਗੇ ਪੁਲਿਸ 'ਚ ਤਾਂ ਮੇਰਾ ਤਾਂ ਬਾਪੂ ਨੇ ਟਨਕਾ ਕੇ ਰੱਖਿਆ ਵੀ ਕੰਮ ਆਏ ਸੀ ਭਈ ਪੁਲਿਸ ਵਾਲੇ ਤਾਂ ਐਂ ਹੁੰਦੇ ਆ ਪੂਰੇ ਟੱਚ ਪੂਰਾ ਰੋਬ ਤੇ ਮੈਂ ਮਤਲਬ ਬਚਪਨ 'ਚ ਕੋਈ ਐਂ ਰਿਹਾ ਨਹੀਂ ਹਨਾ ਵੀ ਹਾਂ ਵੀ ਪੁਲਿਸ ਵਾਲਿਆਂ ਨੂੰ ਮੈਨੂੰ ਇੰਝ ਲੱਗਦਾ ਸੀ ਵੀ ਹਾਂ ਵੀ ਮੇਰੇ ਫਾਦਰ ਸਾਹਿਬ ਮੇਰੇ ਨਾਲ ਨੇ ਪੂਰਾ ਘੈਂਟ ਰੋਬ ਹੈ ਅਤੇ ਸਾਨੂੰ ਤਾਂ ਕਿਸੇ ਗੱਲ ਦਾ ਡਰ ਨਹੀਂ ਤੁਹਾਡਾ ਜਦੋਂ ਤੁਸੀਂ ਛੋਟੇ ਹੁੰਦੇ ਸੀ ਕਿਵੇਂ ਦਾ ਰਵੱਈਆ ਸੀ ਪੁਲਿਸ ਨੂੰ ਲੈ ਕੇ ਪੁਲਿਸ ਨੂੰ ਲੈ ਕੇ ਰਵੱਈਆ ਕੀ ਸੀ ਚਲਾਨ ਇੰਨੇ ਕੱਟੇ ਜਾਂਦੇ ਸੀ ਉਦੋਂ ਵੀ ਹੁਣ ਵੀ ਮੈਨੂੰ ਤਾਂ ਲੱਗਦਾ ਹਰ ਦੂਜੇ ਮੋੜ ਤੇ ਸਾਡੀ ਗੱਡੀ ਖਿਲਾਰ ਲੈਂਦੇ ਦੇਖੋ ਪੰਜਾਬ ਦੇ ਵਿੱਚ ਮੈਨੂੰ ਬੜਾ ਡਰ ਸੀਗਾ ਜਦੋਂ ਅਸੀਂ ਇੱਥੇ ਹੌਲੀਡੇਜ਼ ਲਈ ਆਈਦਾ ਸੀਗਾ ਪੰਜਾਬ ਹਾਂਜੀ ਪੰਜਾਬ ਪੁਲਿਸ ਤੋਂ ਹਮੇਸ਼ਾ ਡਰ ਲੱਗਦੀ ਆ ਬਿਕਾਜ਼ ਇੱਕ ਡੰਡਾ ਫੜਿਆ ਹੁੰਦਾ ਨਾ ਉਹ ਜਿਹੜਾ ਡੰਡਾ ਤੁਹਾਡੇ ਪਿਆ ਹੈ ਇਹਦੇ ਮੈਂ ਸੁਣਿਆ ਨਿਸ਼ਾਨ ਬੜੇ ਪੈਂਦੇ ਨੇ ਅੱਛਾ ਇੱਕ ਮਿੰਟ ਸਾਰੀ ਗੱਲ ਮੁੱਕਦੀ ਹੈ ਪੁਲਿਸ ਨਾਲ ਸਾਡਾ ਇੰਨਾ ਵਾਹ ਪਿਆ ਹੈ ਯਾਦ ਹੈ ਬਹੁਤ ਵਾਹ ਪਿਆ ਹੈ ਸਾਡੇ ਫਿਲਮ ਦੇ ਵਿੱਚ ਵੀ ਵਾਹ ਪਿਆ ਤੁਸੀਂ ਸਾਡੀ ਫਿਲਮ ਵੇਖਿਓ ਬਸ ਪੁਲਿਸ ਉਹ ਪੁਲਿਸ ਹੈ ਫਿਲਮ ਸਾਰੀ ਆਫ ਸਕਰੀਨ ਤੇ ਔਨ ਸਕਰੀਨ ਦੋਨਾਂ ਤੇ ਵਿੱਚ ਵਾਹ ਪਿਆ ਹੈ ਸਾਡਾ ਤਾਂ ਬਹੁਤ ਵਾਹ ਪਿਆ ਸਾਡਾ ਬਟ ਮੈਂ ਬਹੁਤ ਖੁਸ਼ ਹਾਂ ਜਿਸ ਥਾਣੇ ਚਾ ਕੇ ਇੰਨੇ ਕੌਨਫੀਡੈਂਟਲੀ ਅਸੀਂ ਪੂਰੇ ਸ਼ੂਟ ਤੇ ਨਹੀਂ ਕਿਸੇ ਪੁਲਿਸ ਵਾਲੇ ਨਾਲ ਬੈਠੇ ਕੋਟੀ ਖਾਧੀ ਸੀ ਅੱਜ ਹੁਣ ਕੋਈ ਆ ਕੇ ਗੱਲ ਕਰੇ ਪੁਲਿਸ ਵਾਲਾ ਅਸੀਂ ਕਹਿੰਦੇ ਸਾਡੀ ਸਹੇਲੀ ਨਾਲ ਗੱਲ ਕਰੋ ਤੁਸੀਂ ਤਾਂ ਟਾਈਮ ਹੀ ਬਹੁਤ ਲਾਤਾ ਇੱਥੇ ਆਉਣ ਤੇ ਨਹੀਂ ਤਾਂ ਮੈਂ ਤਾਂ ਖੜਕਾ ਦਿੰਦੀ ਸਾਰੇ ਦਿਆਂ ਹੀ ਚਲਾਨ ਹੋ ਗਿਆ ਸੀ ਰਸਤੇ 'ਚ ਸੱਦਿਆ ਹੀ ਨਹੀਂ ਤੁਸੀਂ ਪਹਿਲੇ ਸਭ ਤਾਂ ਡਰ ਹੀ ਲੱਗਦਾ ਰਿਹਾ ਕਿ ਅਸੀਂ ਆਵਾਂਗੇ ਪਤਾ ਨਹੀਂ ਕਿਸ ਚੀਜ਼ ਲਈ ਡੰਡਿਆਂ ਤੋਂ ਬੜਾ ਡਰ ਲੱਗਦਾ ਨਾ ਪੈ ਹੀ ਬਹੁਤ ਗਏ ਤੁਸੀਂ ਤੁਹਾਡੀਆਂ ਮਾਸੂਮ ਸ਼ਕਲਾਂ ਤੁਹਾਡੀ ਤੁਹਾਡੇ ਤੇ ਕਿਵੇਂ ਕੋਈ ਕਹਿਰ ਵਰਤਾ ਸਕਦਾ ਕਹਿਰ ਜਦੋਂ ਇਹ ਫਿਲਮ ਦਾ ਸ਼ੂਟ ਮੁੱਕਿਆ ਸੀ ਨਾ ਹਾਂ ਉਦੋਂ ਸ਼ਿੰਦੂ ਨੀਲ ਪਏ ਸੀ ਨੀਲ ਇੱਧਰ ਕਿਸੇ ਦੇ ਪਏ ਜੈਨੂਅਨ ਝੂਠ ਹਲੇ ਤੇ ਜਿਹੜੇ ਬਣਾਏ ਸੀ ਉਹ ਬਣਾਏ ਸੀ ਜਿਹੜੇ ਸਹੀ 'ਚ ਪੈ ਗਏ ਸੀ ਕਿਤੇ ਇੱਥੇ ਨੀਲ ਪੈ ਕਿਤੇ ਇੱਥੇ ਮੇਰੇ ਤੇ ਨੈਕ ਤੇ ਚੁੰਨੀ ਮੇਰੀ ਖਿੱਚੀ ਸੀ ਤੇ ਮੇਰੀ ਪੂਰੀ ਨੈਕ ਤੇ ਐ ਨੀਲ ਪਿਆ ਸੀ ਹਾਏ ਸ਼ਕਲਾਂ ਹੀ ਵਿਗੜ ਗਈਆਂ ਸੀ ਸਾਡੀਆਂ ਪੂਰੀ ਫਿਲਮ ਦੇ ਐਂਡ ਤੱਕ ਤੇ ਉੱਤੋਂ ਦੀ ਇੰਨੀ ਗਰਮੀ ਇੱਧਰ ਨੀਲ ਇੱਧਰ ਨੀਲ ਬੁਰੇ ਹਾਲ ਨੀ ਰਿਪੋਰਟ ਕਿਹਦੇ ਖਿਲਾਫ ਲਿਖਾ ਮੈਂ ਥੋੜੇ ਜਿਹੇ ਨੀਲ ਪਏ ਕਿਹਦੇ ਖਿਲਾਫ ਲਿਖਾ ਮੈਂ ਰਿਪੋਰਟ ਪੰਕਜ ਬਤਰਾ
ਰਕੇਸ਼ ਧਵਨ ਪੰਕਜ ਬੱਤਰਾ ਐਂਡ ਰਕੇਸ਼ ਧਵਨ ਉਹ ਡਾਇਰੈਕਟਰ ਨੇ ਜਿੱਤੇ ਹੈ ਰਾਈਟਰ ਨੇ ਜੀ ਰਕੇਸ਼ ਜੀ ਸਕਰੀਨ ਦੇ ਕਿਤੇ ਕਿਤੇ ਆਉਂਦੇ ਸੀ ਸਾਡੇ ਰਾਈਟਰ ਸਾਹਿਬ ਬੜੇ ਸ਼ਾਹੀ ਨੇ ਕਿਤੇ ਕਿਤੇ ਆਉਂਦੇ ਸੀ ਸੈੱਟ ਤੇ ਪਰ ਜਿੱਦਣ ਸਾਡੇ ਕੁੱਟ ਪੈਣੀ ਸੀ ਉਦੋਂ ਜ਼ਰੂਰ ਸੀ ਉੱਥੇ ਤੇ ਮੈਨੂੰ ਯਾਦ ਹੈ ਪਿੱਛੇ ਦੇਖ ਕੇ ਵਾਹ ਕਿਆ ਕੁੱਟ ਖਾਧੀ ਕੁੜੀਆਂ ਨੇ ਆਂਟੀਆਂ ਨੇ ਵੀ ਫੜ ਕੇ ਵਾਲ ਚੰਗੇ ਖਿੱਚਣੇ ਸਾਡੇ ਘੜੀਸ ਘੜੀਸ ਕੇ ਸਿੱਟਿਆ ਸਾਨੂੰ ਤਾਂ ਹੁਣ ਹੈ ਜੀ ਅਗਲੀਆਂ ਸ਼ਿਕਾਇਤਾਂ ਤੁਹਾਡੇ ਚਾਹੁਣ ਵਾਲਿਆਂ ਨੇ ਕੁਛ ਸ਼ਿਕਾਇਤਾਂ ਭੇਜੀਆਂ ਨੇ ਪਹਿਲੀ ਤਾਂ ਸ਼ਿਕਾਇਤ ਹੈਗੀ ਆ ਤਾਨੀਆ ਜੀ ਤੁਹਾਡੇ ਖਿਲਾਫ ਚਲੋ ਠੀਕ ਹੈ ਜੀ ਇੱਕ ਮਿੰਟ ਫਾਈਲ ਮੈਂ ਇੱਧਰ ਕਰਨਾ ਥੋੜ੍ਹਾ ਚਲੋ ਅਸੀਂ ਸੁਣਦੇ ਹਾਂ ਇਹ ਸ਼ਿਕਾਇਤ ਕਹਿੰਦੀ ਹੈ ਕਿ ਤਾਨੀਆ ਜੀ ਤੁਸੀਂ ਕਲਾਸੀਕਲ ਡਾਂਸਰ ਵੀ ਰਹਿ ਚੁੱਕੇ ਹੋ ਨਾ ਨੈਸ਼ਨਲ ਲੈਵਲ ਤੱਕ ਤੁਸੀਂ ਡਾਂਸ ਕੀਤਾ ਜੀ ਪੜ੍ਹਾਈ 'ਚ ਤੁਹਾਡੇ 98% ਨੰਬਰ ਆਉਂਦੇ ਰਹੇ ਨੇ ਜੀ ਹੈ ਨਾ ਅਤੇ ਕਾਫੀ ਪੋਪੂਲਰ ਵੀ ਸੀਗੇ ਤੁਸੀਂ ਜੀ ਹੈ ਨਾ ਸਕੂਲ ਟਾਈਮ 'ਚ ਤੇ ਕਿਹਾ ਜਾਂਦਾ ਵੀ ਜਿਹੜੇ ਹਿਸਾਬ ਨਾਲ ਤੁਹਾਡੇ ਨੰਬਰ ਆਉਂਦੇ ਨੇ ਤਾਂ ਜਿਹੜੇ ਟੌਪਰ ਹੁੰਦੇ ਆ ਸਕੂਲ ਦੇ ਕਲਾਸ ਦੇ ਉਹ ਹੋਰਾਂ ਬੱਚਿਆਂ ਨੂੰ ਨਕਲ ਨਹੀਂ ਮਰਵਾਉਂਦੇ ਤੁਹਾਡਾ ਇਹ ਹਿਸਾਬ ਕਿਤਾਬ ਰਿਹਾ ਵੀ ਨਕਲ ਨਹੀਂ ਮਰਵਾਈ ਤੁਸੀਂ ਨਹੀਂ ਮੈਂ ਸ਼ੀਟ ਪਿੱਛੇ ਫੜਾ ਦਿੰਦੀ ਹੁੰਦੀ ਸੀ ਝੂਠ ਹੈ ਨਹੀਂ ਫਿਰ ਨਹੀਂ ਨਹੀਂ ਇਹ ਨਹੀਂ ਕਰਦੀ ਹੋਣੀ ਜਮਾ ਵੀ ਮੈਂ ਵੀ ਨਹੀਂ ਮੰਨਦੀ ਮੈਂ ਨਾ ਮੈਂ ਇੱਕ ਚੀਜ਼ ਜ਼ਰੂਰ ਕੀਤੀ ਹੈ ਮੈਂ ਆਪਣੀ ਸ਼ੀਟ 'ਤੇ ਨਾਮ ਨਹੀਂ ਸੀ ਲਿਖਦੀ ਆਪਣਾ ਕਿਉਂਕਿ ਜੇ ਤਾਂ ਟੀਚਰ ਨੇ ਫੜ ਲਈ ਉੱਤੇ ਨਾਮ ਲਿਖਿਆ ਹੋਏਗਾ ਪਤਾ ਲੱਗ ਜਾਏਗੀ ਮੇਰੀ ਸੋ ਮੈਂ ਪਹਿਲੇ ਸ਼ੀਟਾਂ ਭਰ ਕੇ ਤੇ ਇੱਕ ਅੱਧੀ ਸ਼ੀਟ ਮੇਰੀ ਹੁਣ ਤੇ ਚਲੋ ਕੌਣ ਨਹੀਂ ਫੜੇਗਾ ਮੈਨੂੰ ਤੇ ਇੱਕ ਅੱਧੀ ਸ਼ੀਟ ਚੱਲ ਜਾਂਦੀ ਹੁੰਦੀ ਸੀ ਪਿੱਛੇ ਤੇ ਨਾਮ ਨਹੀਂ ਸੀ ਲਿਖਿਆ ਹੁੰਦਾ ਸੋ ਜੇ ਕੋਈ ਟੀਚਰ ਚੈੱਕ ਕਰਨ ਵੀ ਆ ਗਿਆ ਹੈ ਤੇ ਕਿਸੇ ਦੇ ਟੇਬਲ ਤੇ ਸ਼ੀਟ ਪਈ ਵੀ ਹੈ ਤੇ ਨਾਮ ਨਹੀਂ ਸੀ ਲਿਖਿਆ ਹੁੰਦਾ ਲਾਸਟ ਤੇ ਸ਼ੀਟ ਮੇਰੇ ਕੋਲ ਆਉਂਦੀ ਸੀ ਲਾਸਟ ਤੇ ਪੇਪਰ ਸਬਮਿਟ ਕਰਾਉਣ ਤੋਂ ਪਹਿਲੇ ਮੈਂ ਆਪਣਾ ਨਾਮ ਲਿਖਦੀ ਸੀ ਫਿਰ ਮੈਂ ਮੈਮ ਨੂੰ ਦੇ ਦਿੰਦੀ ਸੀ ਨਹੀਂ ਤੇ ਕਦੇ ਆਏ ਨਹੀਂ ਹੋਏ ਵੀ ਭਾਈ ਤੁਹਾਡਾ ਜੇ ਤੁਸੀਂ ਨਾ ਹੀ ਨਹੀਂ ਲਿਖਦੇ ਤਾਂ ਕੋਈ ਹੋਰ ਨਾ ਲਿਖ ਕੇ ਤੁਹਾਡਾ ਸਬਮਿਟ ਕਰਾਇਆ ਹੋਵੇ ਵੀ ਮੈਂ ਚੀਟਿੰਗ ਕਰਾ ਰਹੀ ਹਾਂ ਇੰਨਾ ਵੀ ਮੇਰੇ ਨਾਲ ਮਾੜਾ ਨਹੀਂ ਕਰਨਗੇ ਉਹ ਬਸ ਫਿਰ ਠੀਕ ਆ ਪਤਾ ਨਹੀਂ ਨਾ ਲੱਗਦਾ ਤਾਨੀਆ ਜੀ ਦੁਨੀਆ ਦਾ ਨਹੀਂ ਹੈਂਡ ਰਾਈਟਿੰਗ ਦਾ ਲੱਗ ਜਾਂਦਾ ਨਾ ਟੀਚਰਾਂ ਨੂੰ ਤਾਂ ਕਰਕੇ ਹਾਂ ਇਹ ਤਾਂ ਗੱਲ ਸਹੀ ਆ ਸੋ ਨਕਲ ਵਗੈਰਾ ਕਰਦੇ ਤੇ ਹਮ ਪਰ ਮੈਂ ਬਹੁਤ ਦਿਲ ਖੋਲ ਕੇ ਚੀਟਿੰਗ ਕਰਾਈ ਹੈ ਐਂ ਹੀ ਕਿ ਲਿਖਦੇ ਸੀ ਮੈਂ ਤੇ ਬਿਕਾਜ਼ ਉਹਦਾ ਵੀ ਇੱਕ ਰੀਜ਼ਨ ਸੀ ਪਿਛਲੇ ਵਾਲੇ ਨਾ ਐਂ ਪੈਨਸਿਲ ਫੜ ਕੇ ਬਹਿ ਜਾਂਦੇ ਆ ਤੰਗ ਕਰ ਗਿਆ ਤਾਂ ਲਿਖ ਲੈ ਤੂੰ ਲਿਖ ਲੈ ਸੋ ਐਂ ਪਿੱਛੋਂ ਪੈਨਸਲਾਂ ਵੱਜਦੀਆਂ ਸੀ ਨੀਲ ਪੈ ਜਾਂਦੇ ਸੀ ਇਸ ਕਰਕੇ ਮੈਂ ਬਹੁਤ ਚੀਟਿੰਗ ਕਰੀ ਤੇ ਨੀਲ ਬੜੇ ਪਵਾਏ ਤੁਸੀਂ ਪੇਪਰਾਂ ਤੋਂ ਵੀ ਤੇ ਮਤਲਬ ਇਹ ਆ ਮੋਟਾ ਮੋਟਾ ਸਿੱਟਾ ਹੀ ਕੱਢ ਲਈ ਭਾਈ ਤੁਸੀਂ ਪੋਨੀ ਕੀਤਾ ਨਕਲ ਕਰਾ ਕੇ ਹਨਾ ਪਾਸ ਕਰਾਇਆ ਲੋ ਤਾਂ ਕਿੰਨਿਆਂ ਦੇ ਮੁੰਡੇ ਪਾਸ ਕਰਾਏ ਮੈਂ ਇਹ ਦੇਖ ਲਓ ਕਰ ਲਓ ਪਾਸ ਨਹੀਂ ਤੇ ਕੁੜੀਆਂ ਕੁੜੀਆਂ ਵੀ ਜਿਹਦਾ ਰੋਲ ਨੰਬਰ ਹੁਣ ਮੇਰੇ ਪਿੱਛੇ ਹੋਏਗਾ ਉਹੀ ਪਾਸ ਹੋਏਗਾ ਫਿਰ ਠੀਕ ਹੈ ਫਿਰ ਠੀਕ ਹੈ ਆਹੋ ਤੁਸੀਂ ਕਹਿ ਰਹੇ ਨਾ ਵੀ ਕਿੰਨੇ ਮੁੰਡੇ ਪਾਸ ਕਰਾਏ ਮੁੰਡਿਆਂ ਨੂੰ ਪੜ੍ਹਦੇ ਪੁੜਦੇ ਹੈ ਨਹੀਂ ਉਹ ਨਹੀਂ ਪੜ੍ਹਦੇ ਉਹਨਾਂ ਨੇ ਨਕਲ ਮਰਵਾਉਣੀ ਚਾਹੀਦੀ ਅੱਗੇ ਵੀ ਦੱਸ ਸੁਣ ਲਓ ਆਹੋ ਮੈਂ ਨਹੀਂ ਕਹਿ ਰਹੀ ਹਾਂ ਮੈਂ ਕਹਿ ਰਹੀ ਹਾਂ ਮੈਂ ਸ਼ਿੰਦੋ ਹੁਣ ਰਾਜਦੀਪ ਜੀ ਤੁਹਾਡੀ ਬਾਰੇ ਤੁਹਾਡੇ ਖਿਲਾਫ ਸ਼ਿਕਾਇਤ ਇਹ ਆਈ ਆ ਵੀ ਤੁਸੀਂ ਬਲੌਗ ਬਣਾਉਣ ਦੇ ਕਾਫੀ ਸ਼ੌਕੀਨ ਹੋ ਪਤਾ ਲੱਗਿਆ ਸਾਨੂੰ ਹੈ ਨਾ ਤੁਸੀਂ ਬਲੌਗ ਬਣਾ ਰਹੇ ਸੀ ਤਾਂ ਜਿਹੜਾ ਸ਼ਿਕਾਇਤ ਕਰਤਾ ਹੈ ਉਹਨੇ ਦੱਸਿਆ ਵੀ ਭਾਈ ਮੈਂ ਰਾਜ ਜੀ ਨੂੰ ਆਵਾਜ਼ ਮਾਰੀ ਪਿੱਛੋਂ ਵੀ ਰਾਜ ਜੀ ਰਾਜ ਜੀ ਤੇ ਤੁਸੀਂ ਇੰਨੇ ਕੁ ਡੈਡੀਕੇਸ਼ਨ ਨਾਲ ਬਲੌਗ ਬਣਾਉਣ 'ਚ ਲੱਗੇ ਹੋਏ ਸੀ ਵੀ ਤੁਸੀਂ ਮਾਰਿਆ ਸਾਫ ਇਗਨੋਰ ਤੇ ਹੁਣ ਉਹ ਸ਼ਿਕਾਇਤ ਕਰਤਾ ਇਹ ਕਹਿ ਰਿਹਾ ਸ਼ਿਕਾਇਤ ਸੁਣ ਲਓ ਪੂਰੀ ਐਕਸਪ੍ਰੈਸ਼ਨ ਤੁਸੀਂ ਬਹੁਤ ਖਤਰਨਾਕ ਦੇ ਰਹੇ ਹੋ ਸ਼ਿਕਾਇਤ ਕਰਤਾ ਇਹ ਕਹਿ ਰਿਹਾ ਵੀ ਭਾਈ ਮੈਂ ਵੀ ਬਲੌਗ ਬਣਾਉਣੇ ਸ਼ੁਰੂ ਕੀਤੇ ਨੇ ਤੇ ਕੋਈ ਦੱਸੋ ਟਿਪਸ ਵੀ ਜਿਹੜੀਆਂ ਤੁਹਾਡੇ ਵਰਗੀ ਡੈਡੀਕੇਸ਼ਨ ਨਾਲ ਲੈ ਕੇ ਆਈ ਜਾ ਸਕੇ ਇਹ ਹੈ ਜੀ ਫੋਕਸ ਕਾਦੀ ਫੋਕਸ ਬਲੌਗ ਬਣਾਉਣ ਦੀ ਇਗਨੋਰ ਕਰਨ ਦੀ ਇਗਨੋਰ ਕਰਨ ਦੀ ਤੇ ਬਲੌਗ ਬਣਾਉਣ ਦੀ ਫੋਕਸ ਫੋਕਸ ਰਹੋ ਬਸ ਬੋਲਣਾ ਹੀ ਹੈ ਦੇਖੋ ਮੈਂ ਜਦੋਂ ਬਲੌਗ ਬਣਾਉਂਦੀ ਸੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਈ ਥਿੰਕ ਇਟਸ ਬੀਨ ਲਾਈਕ 3 ਇਅਰਸ ਜਦੋਂ ਮੈਂ ਬਲੌਗ ਬਣਾਉਂਦੀ ਸੀ ਉਦੋਂ ਨਾ ਜਬੜੀਆਂ ਮਾਰ ਬਸ ਜਿੰਨੀਆਂ ਮਾਰ ਸਕਦੇ ਜਬੜੀਆਂ ਮਾਰੋ ਲੋਕਾਂ ਨੂੰ ਇਹ ਪਸੰਦ ਹੈ ਬਸ ਕਦੇ ਇੱਧਰਲੀ ਗੱਲ ਉੱਧਰਲੀ ਗੱਲ ਦੇਖੋ ਮੇਰੇ ਘਰ ਦੇ ਵੀ ਮੇਰੀ ਗੱਲ ਨਹੀਂ ਸੀ ਸੁਣਦੇ ਹੁੰਦੇ ਉਦੋਂ ਵੀ ਤੈਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੀ ਐਵੇਂ ਮਾਰੀ ਜਾਂਦੀ ਹੈ ਜਬੜੀ ਕਿਸੇ ਨੇ ਪੁੱਛਿਆ ਤੂੰ ਕੀ ਖਾਣ ਲੱਗੀ ਆ ਨਹੀਂ ਨਾ ਤੂੰ ਕਿਸੇ ਨੇ ਕਿਹਾ ਕਿ ਸਾਨੂੰ ਦੱਸ ਕੇ ਤੂੰ ਕਿੱਥੇ ਚੱਲੀ ਆ ਨਹੀਂ ਫਿਰ ਵੀ ਉਹਦੀ ਸ਼ੌਂਕ ਸੀ ਦੱਸੀ ਜਾਓ ਸਾਰਿਆਂ ਨੂੰ ਸਵਾਦ ਆਉਂਦਾ ਦੱਸ ਕੇ ਹਾਂ ਬਿਕਾਜ਼ ਐਕਚੁਅਲੀ ਮੈਨੂੰ ਟਰੈਵਲਿੰਗ ਦਾ ਸ਼ੌਂਕ ਹੈ ਸੋ ਮੈਂ ਟਰੈਵਲਿੰਗ ਕਰਨਾ ਪਸੰਦ ਕਰਦੀ ਹਾਂ ਇਸ ਕਰਕੇ ਮੈਨੂੰ ਵਲੋਗਿੰਗ ਦਾ ਸ਼ੌਂਕ ਪਿਆ ਸੀ ਕਿਉਂਕਿ ਮੈਨੂੰ ਸਾਈਟਸ ਦਿਖਾਉਣੀਆਂ ਵਧੀਆ ਲੱਗਦੀਆਂ ਜਿਵੇਂ ਪੰਜਾਬ ਦਾ ਕਲਚਰ ਆਪਣੇ ਰੂਟਸ ਹੁਣ ਜਿਹੜੇ ਬਾਹਰਲੇ ਨਿਆਣੇ ਨੇ ਉਹਨਾਂ ਨੂੰ ਨਹੀਂ ਪਤਾ ਇਹੋ ਜਿਹੀਆਂ ਚੀਜ਼ਾਂ ਕਿਉਂਕਿ ਕਈ ਮੇਰੇ ਫਰੈਂਡਸ ਨੇ ਜਿਹੜੇ 10-10 ਸਾਲ ਕਦੇ ਆਉਂਦੇ ਹੀ ਨਹੀਂ ਜਾਂ ਜਿਹੜੇ
ਬਾਹਰਲੀ ਪੈਦਾ ਹੋਏ ਨੇ ਤੇ ਕਦੇ ਵੀ ਆਏ ਨਹੀਂ ਪੰਜਾਬ ਸੋ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇੱਥੇ ਕੀ ਹੁੰਦਾ ਹੈ ਘਰ ਕਿੱਦਾਂ ਦੇ ਨੇ ਜਾਂ ਫਿਰ ਇੱਥੇ ਖਾਣਾ ਕਿਹੋ ਜਿਹਾ ਮਿਲਦਾ ਆ ਸੋ ਮੇਰਾ ਤਾਂ ਮੋਟਿਵ ਇਹੀ ਸੀ ਕਿ ਜਿਹੜੇ ਮੇਰੇ ਬਾਹਰਲੇ ਦੋਸਤ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਸਾਡਾ ਪੰਜਾਬ ਹੈ ਕਿਹੋ ਜਿਹਾ ਤੇ ਇੱਥੇ ਕਿੰਨੀ ਵਾਰਮਥ ਹੈ ਕਿੰਨਾ ਪਿਆਰ ਹੈ ਸੋ ਮੇਰੇ ਵਲੋਗਸ ਦੇ ਵਿੱਚ ਇਹੀ ਸੀ ਆ ਤੁਸੀਂ ਆ ਪਿੱਛੇ ਜੇ ਇੱਕ ਵਿਆਹ ਵੀ ਦੇਖਿਆ ਤੁਸੀਂ ਸਾਰਾ ਵਲੋਗ ਦਿਖਾਇਆ ਪੰਜਾਬ 'ਚ ਵਿਆਹ ਦੇਖਣਾ ਸੀ ਵਿਆਹ ਦਾ ਬੜਾ ਸ਼ੌਂਕ ਹੈ ਮੈਨੂੰ ਪਰ ਮੇਰਾ ਨਹੀਂ ਬਟ ਤਲੀ ਹੋਈ ਚੀਜ਼ ਹੁੰਦੀ ਹੈ ਆਲੂ ਹੋਣਗੇ ਵਿੱਚ ਆਲੂ ਪਤਾ ਨਹੀਂ ਪਰ ਬਹੁਤ ਸਵਾਦ ਹੁੰਦਾ ਤਿੱਖੀ ਜਿਹੀ ਮਿੱਠੀ ਤਿੱਖੀ ਜਿਹੀ ਕੋਈ ਵੀ ਜਿਹੜੀ ਵੀ ਹੈਗੀ ਦੱਸ ਦਿਓ ਤੇ ਮੈਂ ਨਾ ਮੰਗਵਾ ਲਿਓ ਤੁਸੀਂ ਬਾਅਦ ਵਿੱਚ ਮੈਂ ਉਹੀ ਕਹਿੰਦੀ ਆ ਇਹ ਡਿੰਪੀ ਨੂੰ ਕਹਿ ਕੇ ਮੰਗਵਾ ਲਾਂ ਮੈਨੂੰ ਭੁੱਖ ਜੀ ਲੱਗੀ ਜਿਹੜੇ ਹਿਸਾਬ ਨਾਲ ਤੁਸੀਂ ਆ ਡਿਸਕ੍ਰਿਪਸ਼ਨ ਦਿੱਤੀ ਨਾ ਮੈਂ ਪੀ ਲਈ ਜੀ ਪਕੌੜਾ ਤੇ ਸਵਾਦ ਪਨੀਰ ਹਾਂ ਇਹ ਮੰਗਾ ਕੇ ਖਾਂਦੇ ਹਾਂ ਆਪਾਂ ਠੀਕ ਹੈ ਇਹ ਤਾਂ ਹੋ ਗਈ ਹੁਣ ਤੁਹਾਡੀ ਸ਼ਿਕਾਇਤ ਹੁਣ ਹੈ ਜੀ ਤੁਹਾਡੀ ਵਾਰੀ ਤੁਹਾਡੇ 'ਤੇ ਸ਼ਿਕਾਇਤ ਕਰਤਾ ਮਤਲਬ ਇੱਕੋ ਸ਼ਿਕਾਇਤ ਕਰਤਾ ਯਾਨੀ ਤੁਹਾਡੇ ਦੋਹਾਂ ਖਿਲਾਫ ਇੱਕ ਇੱਕ ਅੱਡ ਸ਼ਿਕਾਇਤ ਨਹੀਂ ਮਤਲਬ ਰਿਕੁਐਸਟ ਹੀ ਕਹਿ ਲਓ ਰਿਕੁਐਸਟ ਕੀਤੀ ਆ ਤੁਹਾਡੇ ਲਈ ਤਾਂ ਇਹ ਰਿਕੁਐਸਟਾਂ ਵੀ ਤਾਣੀਆਂ ਜੀ ਜਦੋਂ ਤੁਸੀਂ ਤਿਆਰ ਤਿਉਰ ਹੁੰਦੇ ਹੋ ਹੈ ਨਾ ਤਾਂ ਸ਼ੀਸ਼ੇ ਮੂਹਰੇ ਤੁਸੀਂ ਖੜੇ ਹੋ ਐਂ ਤਿਆਰ ਤਿਉਰ ਹੋ ਰਹੇ ਹੋ ਤਾਂ ਤੁਹਾਡੇ ਦਿਮਾਗ 'ਚ ਕੀ ਚੱਲਦਾ ਹੈ ਨਾ ਵੀ ਕਿਵੇਂ ਗੱਲਾਂ ਬਾਤਾਂ ਕਰਦੇ ਹੋ ਸ਼ੀਸ਼ੇ ਨਾਲ ਜਿਹੜਾ ਸ਼ਿਕਾਇਤ ਕਰਤਾ ਵੀ ਉਹ ਚਾਹੁੰਦਾ ਵੀ ਭਾਈ ਐਵੇਂ ਗੱਲਾਂ ਕਰਕੇ ਦਿਖਾਓ ਸਾਨੂੰ ਸ਼ੀਸ਼ੇ ਦੇ ਨਾਲ ਅਤੇ ਖੜ ਜਾਓ ਸ਼ੀਸ਼ਾ ਮੈਂ ਇੱਥੇ ਰੱਖ ਰੱਖਿਆ ਅਤੇ ਉਵੇਂ ਗੱਲਾਂ ਕਰਨੀਆਂ ਜਿਵੇਂ ਤੁਸੀਂ ਕਰਦੇ ਹੋ ਤਿਆਰ ਹੋ ਕੇ ਅੱਛਾ ਪਹਿਲੇ ਤਾਂ ਥੈਂਕ ਯੂ ਮੈਂ ਵਾਲ ਥੋੜ੍ਹੇ ਸੈੱਟ ਕਰ ਲਾਂ ਓਕੇ ਤਿਆਰ ਹੋ ਕੇ ਹੁਣ ਮੈਂ ਕੀ ਗੱਲਾਂ ਕਰਦੀ ਹਾਂ ਸ਼ੀਸ਼ੇ ਨਾਲ ਇੱਕ ਤਾਂ ਬੈਕਗਰਾਊਂਡ ਮਿਊਜ਼ਿਕ ਵੱਜ ਰਿਹਾ ਹੁੰਦਾ ਕੋਈ ਵਧੀਆ ਜਿਹਾ ਅਤੇ ਲੂਪ 'ਤੇ ਚੱਲ ਰਿਹਾ ਉਹ ਹਾਂ ਉਹ ਅੱਜ ਉਹ ਚੱਲ ਰਿਹਾ ਜੰਨਤ ਤੇਰਾ ਨੁਖੜਾ ਤੇਰੀ ਹਰ ਚੀਜ਼ ਜੰਨਤ ਇੱਕੋ ਚੱਲ ਰਿਹਾ ਫਿਰ ਮੈਂ ਚੈੱਕ ਕਰਦੀ ਹਾਂ ਆਪਣਾ ਮਸਕਾਰਾ ਇਜ਼ ਇਟ ਓਕੇ ਦੈਨ ਆਈ ਚੈੱਕ ਮਾਈ ਲਿਪ ਫੋਰ ਇਜ਼ ਇਟ ਓਕੇ ਗੱਲਾਂ 'ਤੇ ਕੀ ਕਰਦੀ ਹਾਂ ਮੈਂ ਸ਼ੀਸ਼ੇ ਨਾਲ ਵੀ ਜਿਵੇਂ ਅੱਜ ਸ਼ਿੰਦੋ ਦੇ ਥਾਣੇ 'ਚ ਜਾਣਾ ਤਿਆਰ ਹੋ ਕੇ ਜਾਣਾ ਰਾਹ 'ਚ ਕਿੰਨਾ ਟਾਈਮ ਲੱਗੂ ਉਹ ਮੇਰੇ ਦਿਮਾਗ 'ਚ ਚੱਲਦਾ ਹੁੰਦਾ ਬੋਲ ਕੇ ਨਹੀਂ ਮੈਂ ਦੱਸਦੀ ਵੈਸੇ ਸਾਨੂੰ ਬੋਲ ਕੇ ਦੱਸ ਦਿਓ ਅੱਜ ਬਹੁਤ ਲੌਂਗ ਡੇ ਹੈ ਅੱਜ ਬਹੁਤ ਸਾਰੇ ਕੰਮ ਕਰਨੇ ਵਾਲੇ ਬਟ ਐਨੀਵੇਜ਼ ਆਈ ਹੈਵ ਟੂ ਲੁੱਕ ਗੁੱਡ ਓਕੇ ਐਂਡ ਹੈਵ ਟੂ ਪਰਫੋਰਮ ਗੁੱਡ ਦਿਨ 'ਚ ਦੋ ਵਧੀਆ ਕੰਮ ਕਰਨੇ ਹੀ ਕਰਨੇ ਆ ਜੋ ਮਰਜ਼ੀ ਹੋ ਜੇ ਝੂਠ ਨਹੀਂ ਬੋਲਣਾ ਐਂਡ ਮੰਮੀ ਨੂੰ ਫੋਨ ਵੀ ਕਰ ਲੂੰਗੀ ਓਕੇ ਹੋਰ ਕੋਈ ਕੰਮ ਕਰਨ ਵਾਲਾ ਪਿਆ ਠੀਕ ਹੈ ਬਾਕੀ ਨੋਟਸ ਲੈ ਕੇ ਉਹ ਤੋਂ ਵੇਖ ਲੂੰਗੀ ਹੁਣ ਨਿਕਲੇ ਟਾਈਮ ਹੋ ਗਿਆ ਚਲੋ ਬਟ ਸ਼ੀਸ਼ੇ ਨਾਲ ਗੱਲਾਂ ਕੀਤੀਆਂ ਨੇ ਬਹੁਤ ਹੁਣ ਨਹੀਂ ਟਾਈਮ ਲੱਗਦਾ ਪਰ ਸਕੂਲ ਟਾਈਮ 'ਚ ਕਾਲਜ ਟਾਈਮ 'ਚ ਕਿਉਂਕਿ ਟਾਈਮ ਹੀ ਬਹੁਤ ਹੁੰਦਾ ਸੀ ਹੋਮਵਰਕ ਕਰਕੇ ਵੀ ਟਾਈਮ ਬਚ ਜਾਂਦਾ ਸੀ ਉਦੋਂ ਉਦੋਂ ਘਰ ਬੈਠ ਕੇ ਬਸ ਸ਼ੀਸ਼ੇ ਨਾਲ ਹੀ ਗੱਲਾਂ ਕੀਤੀਆਂ ਕਿ ਉਦੋਂ ਤਾਂ ਮੈਂ ਇੰਟਰਵਿਊਜ਼ ਹੀ ਕਰਦੀ ਹੁੰਦੀ ਸੀ ਆਪਣੀ ਪੂਰੀਆਂ ਮੈਂ ਤਾਂ ਬਹੁਤ ਕੀਤੀਆਂ ਇੰਟਰਵਿਊਜ਼ ਮੈਂ ਤਾਂ ਆਪੇ ਹੀ ਕੁਐਸਚਨ ਪੁੱਛ ਕੇ ਆਪਣੇ ਆਪ ਨੂੰ ਫਿਰ ਮੈਂ ਬਹਿ ਜਾਣਾ ਚਾਹੀਦਾ ਇੱਕ ਇੰਟਰਵਿਊ ਤੇ ਇੱਕ ਅਵਾਰਡ ਜੋ ਤੁਹਾਨੂੰ ਮਿਲਦਾ ਅਵਾਰਡ ਦੀ ਸਪੀਚ ਉਹ ਬਹੁਤ ਉਦੋਂ ਤਾਂ ਬਹੁਤ ਗੱਲਾਂ ਕੀਤੀਆਂ ਹੁਣ ਥੋੜ੍ਹਾ ਜਿਹਾ ਫਰਕ ਹੈ ਕਿਉਂਕਿ ਹੁਣ ਟਾਈਮ ਹੈ ਨਹੀਂ ਅਤੇ ਹੁਣ ਬਸ ਟੂ ਡੂ ਲਿਸਟ ਰਿਸਾਈਟ ਹੁੰਦੀ ਹੈ ਸਵੇਰੇ ਸਵੇਰੇ ਤਿਆਰ ਹੁੰਦੇ ਹੁੰਦੇ ਨਾਲ ਨਾਲ ਬੰਦਾ ਤਿਆਰ ਹੋ ਰਿਹਾ ਹੁੰਦਾ ਜਾਂ ਰਾਤੀ ਸਕਿਨ ਕੇਅਰ ਚੱਲ ਰਹੀ ਹੈ ਕ੍ਰੀਮ ਲਗਾਉਂਦੇ ਲੈਂਦੇ ਓਕੇ ਅਸੀਂ ਅਸੀਂ ਕਰਨਾ ਇਹ ਕਰ ਲਾਂਗੇ ਉਹ ਕਰ ਲਾਂਗੇ ਇਹ ਕਰ ਲਾਂਗੇ ਚਲੋ ਕਿ ਬਾਏ ਗੁੱਡ ਨਾਈਟ ਤਾਂ ਮੈਂ ਵੀ ਸ਼ੁਰੂ ਕਰਾਂ ਹੈ ਨਾ ਜਿਵੇਂ ਜੇ ਥਾਣਾ ਫੇਮਸ ਹੋ ਗਿਆ ਹੈ ਨਾ ਮੈਨੂੰ ਅਵਾਰਡ ਮਿਲਣਾ ਹੋਏ ਤਾਂ ਮੈਨੂੰ ਪਤਾ ਹੀ ਨਾ ਵੀ ਭਾਈ ਮੈਂ ਜਾ ਕੇ ਉੱਥੇ ਸਟੇਜ 'ਤੇ ਕਰਨਾ ਕੀ ਹੈ ਇਹ ਤਾਂ ਮੈਂ ਵੀ ਤਿਆਰੀ ਕਰੂੰਗੀ ਅੱਛਾ ਤਾਨੀਆ ਜੀ ਨੇ ਤਾਂ ਦੱਸਤਾ ਰਾਜ ਜੀ ਤੁਸੀਂ ਦੱਸੋ ਕਿਹੜੀ ਸਪੀਚ ਤਿਆਰ ਕੀਤੀ ਹੋਈ ਅਵਾਰਡ ਫੰਕਸ਼ਨ ਦੀ ਯਾਰ ਫਿਰ ਮੈਨੂੰ ਨਾ ਹਾਂ ਮੈਂ ਚਲੋ ਆਪਣੇ ਇੰਡੀਆ ਦਾ ਫਲੈਗ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਸੋ ਜੇ ਮੈਨੂੰ ਕੋਈ ਦਵੇ ਇੰਡੀਆ ਦਾ ਫਲੈਗ ਤਾਂ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਥੈਂਕ ਯੂ ਸੋ ਮਚ ਸਾਰਿਆਂ ਦਾ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਤੁਸੀਂ ਮੇਰੇ ਕੰਮ ਨੂੰ ਪਿਆਰ ਕਰ ਰਹੇ ਹੋ ਮੇਰੇ ਮੋਮ ਡੈਡ ਜਿਹੜੇ ਵੀ ਦੇਖ ਰਹੇ ਨੇ ਮੇਰਾ ਮੈਨੇਜਰ ਥੈਂਕ ਯੂ ਸੋ ਮਚ ਟੂ ਯੂ ਐਂਡ ਲੋਟਸ ਆਫ ਲਵ ਮੇਰੀ ਪ੍ਰੋਡਕਸ਼ਨ ਹਾਊਸ ਮੇਰੇ ਕੋ ਸਟਾਰਸ ਐਂਡ ਬਹੁਤ ਸਾਰਾ ਪਿਆਰ ਅਤੇ ਇੱਦਾਂ ਹੀ ਪਿਆਰ ਕਰਦੇ ਰਹੋ ਥੈਂਕ ਯੂ ਤਾੜੀਆਂ ਮੈਂ ਵੀ ਇਹੀ ਜਿਹੀ ਤਿਆਰੀ ਕਰੂੰਗੀ ਵਾਹ ਵਾਹ ਤੁਸੀਂ ਤਾਂ ਜਮਾ ਹੀ ਹੈ ਘੈਂਟ ਤਿਆਰੀ ਕਰ ਰਿਹਾ ਪਿਆ ਬਸ ਮੇਰਾ ਤਾਂ ਤੁਹਾਨੂੰ ਤਾਂ ਅੱਜ ਕੱਲ੍ਹ ਸੱਦ ਲੈਣ ਤੁਸੀਂ ਤਾਂ ਪੂਰੀ ਘੈਂਟ ਸਿਰਫ ਸਪੀਚ ਦੇ ਦੋਗੇ ਉੱਥੇ ਜਾ ਕੇ ਨਹੀਂ ਨਿਕਲਦੀ ਪਰ ਉੱਥੇ ਜਾ ਕੇ ਸਾਰਾ ਕੁਝ ਭੁੱਲ ਜਾਂਦਾ ਜਿਹੜੇ ਹਿਸਾਬ ਨਾਲ ਤੁਸੀਂ ਤਿਆਰੀ ਕੀਤੀ ਮੈਂ ਕਹਿੰਦੀ ਲਿਖਾ ਕੇ ਲੈ ਲਓ 101% ਇਕੱਲਾ ਇਕੱਲਾ ਅੱਖਰ ਹੀ ਬੋਲੂ ਨਾ ਨਾ ਉੱਥੇ ਤਾਂ ਬਸ ਕੰਬਣ ਲੱਗ ਜਾਂਦਾ ਇੰਨੀ ਇੰਡਸਟਰੀ ਬੈਠੀ ਹੁੰਦੀ ਹੈ ਇੰਨੇ ਸਾਡੇ ਸੀਨੀਅਰ ਐਕਟਰਸ ਬੈਠੇ ਹੁੰਦੇ ਨੇ
ਡਾਇਰੈਕਟਰਸ ਬੈਠੇ ਹੁੰਦੇ ਨੇ, ਪ੍ਰੋਡਿਊਸਰਸ ਬੈਠੇ ਹੁੰਦੇ ਨੇ, ਤਾਂ ਉੱਥੇ ਜਾ ਕੇ ਤਾਂ ਸਭ ਕੁਝ ਭੁੱਲ ਜਾਂਦਾ। ਹਾਏ ਹਾਏ, ਇਹ ਵੀ ਚੱਕਰ ਹੀ ਆ। ਪਰ ਨਹੀਂ, ਦੇਖੋ ਤੁਸੀਂ ਐਡੀਆਂ ਵੱਡੀਆਂ ਵੱਡੀਆਂ ਫਿਲਮਾਂ ਕਰ ਰਹੇ ਹੋ, ਮਜਾਲ ਕੀ ਹੈ? ਸਾਰੇ ਤੁਹਾਨੂੰ ਉੱਥੇ ਪਿਆਰ ਕਰਨ ਵਾਲੇ ਬੈਠੇ ਹੋਣੇ ਆ, ਹੈਨਾ? ਵੀ ਜਿਹੜੇ ਕਹਿਣਗੇ ਰਾਜੀ ਰਾਜੀ, ਇਹ ਤਾਂ ਮੈਂ ਅੰਦੋਲਨ ਵਾਲਾ, ਮੈਨੂੰ ਫਿਰ ਥੋੜਾ ਕਨਫਿਊਜ਼ਨ ਹੋ ਗਿਆ। ਇੱਥੇ ਉਹ ਤਾੜੀਆਂ ਤਾੜੀਆਂ ਉਹ ਲੱਗ ਗਿਆ ਲੱਗਦਾ ਹੈ, ਜਿਹੜੇ ਉੱਥੇ ਧਰਨੇ ਤੇ ਬਹਿ ਗਏ ਰਾਜੀ ਰਾਜੀ ਕਿਉਂ ਰਾਜੀ ਰਾਜੀ ਨੂੰ ਸੀਨੀਅਰ ਸਿਟੀਜ਼ਨ ਬਣਾ ਦਿੱਤਾ। ਨਹੀਂ, ਰਾਜ ਸ਼ੁਕਰ ਜੀ, ਇਹ ਤਾਂ ਠੀਕ ਹੈ। ਹਾਂ, ਤਾਂ ਜੀ ਕਿਉਂ ਲਾਉਣਾ ਜੀ, ਬਸ ਰਾਜ ਠੀਕ ਹੈ। ਆਹੋ, ਕੁੜੀਆਂ ਕਿੱਥੇ ਉਮਰ ਲੁਕਾਉਂਦੀਆਂ ਨੇ, ਜੀ ਤਾਂ ਉਹੀ ਨਾ ਲੱਗ ਜੇ ਨਾਲ। ਮੈਨੂੰ ਕੋਈ ਸ਼ਿੰਦੋ ਦੇ ਨਾਲ ਜੀ ਲਾਏ ਤੋਂ ਬਿਨਾਂ ਬੁਲਾ ਕੇ ਦਿਖਾਵੇ, ਮੈਂ ਡਿੰਪੀ ਦੀ ਜ਼ਬਾਨ ਨਾ ਵੜਦਾ। ਸ਼ਿੰਦੋ ਜੀ ਕਹੂਗਾ ਉਹ, ਹਾਂ ਬਣਦਾ ਜੀ ਰੋਬ ਰੂਪ ਤਾਂ। ਚਲੋ, ਇਹ ਤਾਂ ਹੋ ਗਈ ਤੁਹਾਡੀ ਤਾਨੀਆ ਜੀ ਦੀ ਸ਼ਿਕਾਇਤ ਹੋ ਗਈ। ਹਾਂ, ਆ ਤਾਂ ਉਹਨੇ ਵਾਲੀ ਘੈਂਟ ਗੱਲ ਪੁੱਛ ਲਈ। ਹੋਰ ਆਈ ਸ਼ਿਕਾਇਤ? ਹਾਂ, ਹਾਏ, ਤੁਸੀਂ ਮੇਰੇ ਘਰਦਿਆਂ ਨੂੰ ਵੀ ਫੋਨ ਲਾ ਲੈਣਾ ਸੀ। ਹਾਏ, ਦੇਖੋ ਲੈ ਕਿੰਨੀਆਂ ਮਿੱਠੀਆਂ ਮਿੱਠੀਆਂ ਸ਼ਿਕਾਇਤਾਂ ਨੇ, ਕਾਹਦੀਆਂ ਸ਼ਿਕਾਇਤਾਂ ਨੇ? ਇੱਕ ਘੰਟੇ ਦਾ ਐਸਾ ਐਪੀਸੋਡ ਨਿਕਲ ਜਾਣਾ ਸੀ ਸ਼ਿਕਾਇਤਾਂ ਦਾ, ਸਾਡੇ ਦੋਵਾਂ ਦੇ ਘਰਦਿਆਂ ਨੂੰ ਲਾ ਲੈਣਾ ਸੀ। 2 ਘੰਟੇ ਪਟਾਰਾ ਲਾਈਵ ਕਰ ਦਿਓ। ਨਾ ਨਾ, ਇੱਥੇ ਸ਼ਿਕਾਇਤਾਂ ਸਕੂਲ 'ਚ ਬੜੀਆਂ ਆ ਗਈਆਂ ਸਾਡੀਆਂ, ਹੁਣ ਕੀ ਆਉਣੀਆਂ ਨੇ? ਆ ਸੁਣੋ ਤਾਂ ਸਹੀ, ਤੁਸੀਂ ਹੁਣ ਤੁਹਾਡੇ ਲਈ ਬੰਦਾ ਕਹਿ ਰਿਹਾ ਵੀ ਭਈ ਰਾਜ ਜੀ ਤੁਸੀਂ ਬਾਹਰ ਦੇ, ਹਨਾ, ਤੁਹਾਡੀ ਐਂਟ ਚ ਅੰਗਰੇਜ਼ੀ, ਅਤੇ ਉਹ ਜਿਹੜਾ ਸ਼ਿਕਾਇਤ ਵਾਲਾ ਗਾ ਉਹ ਬੰਦਾ ਨਾ ਦਰਖਾਸਤ ਕਰ ਰਿਹਾ ਵੀ ਜਮਾ ਨਾ ਅੰਗਰੇਜ਼ੀ 'ਚ ਗੱਲਬਾਤ ਕਰਕੇ ਦਿਖਾਓ ਜਿਵੇਂ ਤੁਸੀਂ ਬੋਲਦੇ ਹੋ। ਹੁਣ ਮੈਂ ਕੀ ਬੋਲ, ਮੇਰੇ ਨਾਲ ਹੀ ਗੱਲ ਕਰ ਲਓ, ਮੈਨੂੰ ਵਧੀਆ ਅੰਗਰੇਜ਼ੀ ਆਉਂਦੀ ਹੈ ਟਿਚ। ਹਾਏ ਸ਼ਿੰਦਵ, ਹਾਉ ਆਰ ਯੂ? ਹਾਏ ਸ਼ਿੰਦਵ, ਹਾਉ ਆਰ ਯੂ? ਕੀ ਕਹਿੰਦਾ ਨਾ, ਕਿਵੇਂ ਹੋ ਜੀ ਤੁਸੀਂ? ਗੁੱਡ ਗੁੱਡ, ਯੂ ਆਰ ਲੁਕਿੰਗ ਵੈਰੀ ਪ੍ਰੀਟੀ ਟੁਡੇ, ਐਂਡ ਆਈ ਲਵ ਦ ਸਟਾਰਸ ਔਨ ਯੋਰ ਯੂਨੀਫਾਰਮ, ਦੇ ਲੁੱਕ ਗ੍ਰੇਟ। Thank you, thank you. And your hair, did you have a hairstylist or did you do it yourself? Ki kehne ko hairstylist ne banaye baal mere. Dimpy, Dimpy. Dimpy, Dimpy. What does he do? Is he your manager or multi-purpose? Multi-purpose. Okay, that's great. Thank you. Kindly grant me leave for 2 days. Thank you. That was good. ਬਹੁਤ ਵਧੀਆ ਸੀ ਆ ਤਾਂ। ਆ ਤਾਂ ਤੁਹਾਡਾ ਤਾਂ ਸਮਝ ਹੀ ਨਹੀਂ ਲੱਗਾ, ਪਰ ਸੁਣ ਕੇ ਬਹੁਤ ਚੰਗਾ ਲੱਗਿਆ ਵੀ ਆ ਬਹੁਤ ਸੋਹਣਾ ਬੋਲਿਆ। ਇਹ ਤਾਂ ਨਾ ਮੈਂ ਇਹ ਅੱਡ ਕਲਿੱਪ ਕਢਵਾਉਂਗੀ, ਇਹ ਤਾਂ ਮੈਨੂੰ ਬਾਹਲਾ ਵਧੀਆ ਲੱਗਿਆ। ਥੈਂਕ ਯੂ ਤਾਨੀਆ ਜੀ, ਮੈਨੂੰ ਬਚਾ ਲਿਆ ਤੁਸੀਂ, ਮੈਨੂੰ ਕੁਛ ਨਹੀਂ ਸਮਝ ਲੱਗਿਆ। ਪੰਜਾਬੀ ਪੰਜਾਬੀ ਦੇ ਕੰਮ ਆਉਂਦਾ। ਹਾਂ, ਆ ਤਾਂ ਮੈਂ ਤਾਂ ਹਾਈ ਬਾਹਰ ਤਾਂ ਫਿਰ ਤੁਸੀਂ ਹੀ ਬੋਲਦੇ ਹੋਵੋਗੇ ਨਾ। ਹਾਂਜੀ, ਇਹ ਤੁਹਾਡੀ ਤੋਹ ਵਾਲੀ ਹੈ ਪਾਣੀ ਵਾਲੀ ਅੰਗਰੇਜ਼ੀ ਵੀ, ਪਾਣੀ ਵਾਂਗੂ ਆਏ, ਫਰ ਲੈ ਫਰ ਲੈ। ਸਾਡੀ ਬ੍ਰਿਟਿਸ਼ ਐਕਸੈਂਟ ਵੈਸੇ ਵੀ ਥੋੜ੍ਹੀ ਜ਼ਿਆਦਾ ਸਟਰੋਂਗ ਹੁੰਦੀ ਆ, ਸੋ ਉਹ ਇੱਥੇ ਜੇ ਅਸੀਂ ਵੈਸੇ ਵੀ ਬੋਲੀਏ ਤਾਂ ਵੀ ਨਹੀਂ ਕਿਸੇ ਨੂੰ ਸਮਝ ਲੱਗਦੀ, ਕਈ ਵਾਰ ਉੱਥੇ ਵੀ ਸਾਡੇ ਬੰਦਿਆਂ ਨੂੰ ਨਹੀਂ ਸਮਝ ਲੱਗਦੀ, ਸੋ ਉਹ ਔਖੀ ਹੈ। ਔਖਾ ਹੀ ਆ ਕੰਮ, ਮੈਂ ਤਾਂ ਇੱਥੇ ਦੇਖਦੀ ਹਾਂ। ਬਟ ਤੁਸੀਂ ਬਹੁਤ ਵਧੀਆ ਅੰਗਰੇਜ਼ੀ ਬੋਲ ਲੈਂਦੇ ਹੋ, ਮੈਂ ਦੇਖਿਆ ਤੁਸੀਂ। ਥੈਂਕ ਯੂ ਜੀ, ਥੈਂਕ ਯੂ। ਚਲੋ, ਇਹ ਤਾਂ ਸੀਗੀਆਂ ਸ਼ਿਕਾਇਤਾਂ, ਹੈ ਮੈਂ ਭਟਕ ਗਈ ਸੀਗੀ, ਐਵੇਂ ਮੇਰੀ ਅੰਗਰੇਜ਼ੀ ਦੀ ਤਾਰੀਫ ਕਰਤੀ ਤੁਸੀਂ ਥੋੜ੍ਹੀ ਜਿਹੀ। ਇਹ ਤਾਂ ਸੀਗੇ ਸਾਡੀ ਨਿੱਕੀਆਂ ਮੋਟੀਆਂ ਸ਼ਿਕਾਇਤਾਂ। ਹੁਣ ਹੈ ਜੀ ਮੇਰੇ ਕੋਲ ਤੁਹਾਡੀ ਇੱਕ ਇੱਕ ਫੋਟੋ, ਹੈ ਉਹ ਫੋਟੋ ਦਾ ਤੁਸੀਂ ਦੱਸਣਾ ਵੀ ਹਿਸਟਰੀ ਕੀ ਸੀ, ਉਹ ਫੋਟੋ ਦੇ ਪਿੱਛੇ ਮਕਸਦ ਕੀ ਸੀ। ਠੀਕ ਹੈ, ਤਿਆਰ ਹੋ ਤੁਸੀਂ? ਕਹਿੰਦਾ ਰੱਖ ਦੇ। ਆ ਲਓ ਜੀ ਤੁਹਾਡੀ ਫੋਟੋ, ਇਹ ਤਾਂ ਮੈਨੂੰ ਬਾਹਲੀ ਸੋਹਣੀ ਲੱਗੀ ਇਹ। ਦਿਸ ਇਜ਼ ਵੈਰੀ ਨਾਈਸ। ਇਹ ਹੈਗੀ ਹੈ ਸਰਤਾਜ ਜੀ ਦੇ ਨਾਲ ਪਿਕਚਰ, ਜਦੋਂ ਸਾਡਾ ਉਡਾਰੀਆਂ ਦਾ ਸ਼ੂਟ ਚੱਲ ਰਿਹਾ ਸੀਗਾ। ਅਤੇ ਐਕਚੁਲੀ ਜੇ ਤੁਸੀਂ ਸਰਤਾਜ ਜੀ ਨੂੰ ਮਿਲੇ ਹੋ ਤਾਂ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਉਹ ਉਹੀ ਨੇ ਜਿਹੜੇ ਗਾਣੇ ਗਾਉਂਦੇ ਨੇ। ਮੈਂ ਮਿਲੀ ਹਾਂ ਮੈਂ, ਕਿਉਂਕਿ ਉਹ ਬਹੁਤ ਬਬਲੀ ਹੈ, ਹੀ ਇਜ਼ ਵੈਰੀ ਵੈਰੀ ਲਾਊਡ, ਹੀ ਇਜ਼ ਸੁਪਰ ਫਨ, ਬਹੁਤ ਜ਼ਿਆਦਾ ਫਨ ਕਰਦੇ ਨੇ, ਅਤੇ ਉਹਨਾਂ ਤੋਂ ਜਿੰਨਾ ਕੁਛ ਸਿੱਖਣ ਨੂੰ ਮਿਲਦਾ ਇਟਸ ਇਨਕ੍ਰੈਡੀਬਲ। ਮੈਨੂੰ ਇੰਨਾ ਕੁਛ ਸਿੱਖਣ ਨੂੰ ਕਦੇ ਵੀ ਨਹੀਂ ਮਿਲਿਆ ਜਿੰਨਾ ਮੈਨੂੰ ਆਹ 7 ਦਿਨ ਸ਼ੂਟ ਕਰਕੇ ਮਿਲਿਆ ਸੀ। ਹੀ ਇਜ਼ ਸੁਪਰ ਫਨ, ਬਹੁਤ ਫਨ ਨੇ ਉਹਨਾਂ ਨਾਲ ਸ਼ੂਟ ਕਰਨਾ। ਆਈ ਥਿੰਕ if you ever get a chance to work with Sartaj ji, you have to take it, chahe jo marzi hai, because oh actually apan nu lagda rehnda ki oh bahut serious ne, but oh hai nahi actually serious, oh sab to zyada childish jehde keh dende na, bahut bubbly ne oh, yeah cheeky ne, bahut shararatan karde ne oh set te, so this is a lovely picture. ha hun agi todi wari, hai hai ik ta kagaj hi edde na। ਇਹ ਤਾਂ ਮੈਨੂੰ ਐਂ ਜੇ ਲੱਗਦਾ ਵੀ ਭਾਈ ਖਾਣਾ ਮੁੱਕ ਗਿਆ ਅਤੇ ਤੁਸੀਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਹੋ ਵੀ ਭਾਈ ਵੀ ਹੋਰ ਆਉਣ ਦਿਓ।
नहीं ए हैगी है मैं अलग अलग थावां ते जाके फूड बहुत ट्राई करती हूँ सो मैं पहली बार गोल्ड कॉफी ट्राई की थी सो तो गोल्ड पूरी स्पिनिंग से बीट भी गोल्ड फॉयल नाल की गई सी तो उत्ते हैवी गोल्ड फॉयल सी सो हुण आ गई गोल्ड कॉफी मेरे सामने हुण मैं सोचती सी भी जे मैं कीता ते फॉयल मेरे लिप्स ते चिपक जाएगी कि की होएगा बाद च मैं उतारूंगी उतरी नहीं की सो पहले मैं फॉयल लीती फिर मैं ए खा के वेखी भी चिपकते नहीं थी दंदा ते या लिप्स ते सो ए मैं हजे खा रही सी सो मेरी अदरले पासे फोटो क्लिक हो गई भी हजे भी जवाकां लई हरकतां गईया नहीं थोड़ियां नहीं ते चिपकी सी के की सी नहीं चिपकी सी वो डिसॉल्व हो देख लो कितनी शाही चीज है ना सोने दी चाह कॉफी गोल्ड फॉयल सी बहुत स्मूथली वो डिसॉल्व हो जांदी सो मैं सिर्फ चेक कर रही सी खा खा के भी टेस्ट की है दा मैं कॉफी पियां कि ना पियां तो ते फॉयल लगी सी वे ओ पिक्चर है सो एहो जी तो थोनू मेरीयां फूड कॉम वालीयां फोटोआं किन्ने दी सी वैसे कोल हैगी किन्ने दी सी वैसे हैगी तो सी जिन्ने दी सी कोल पिज़्ज़ा पे खादा होया पूरा सोने दी चाह मैं के महंगी तां होनी है सोने दी कॉफी कॉफी सोने दी कॉफी नाले दो कैंडल्स पई है इत्थे नाले पिज़्ज़ा पे पिज़्ज़ा सफर चट है खत्म है पिज़्ज़ा कोई लेना देना नहीं जिंदगी छोना कॉफी ट्राई हो रही है सो ये वो पिक्चर है अच्छा थोनू की लगा सानी हरकतें ही नहीं वैसे थोड़ियां भी जरूरी भी आ कुड़ियां चुलबुलियां ते ऐ घैंट भी वधिया लगदियां यस हां ये तो सी शिकायत हूँ जी वारी ताड़ ताड़ सवालों की तो जिनी ताड़ ताड़ मैं सवाल पूछूंगी उन्हें पटक पटक तुसी जवाब देने ठीक है जी पहला सवाल है जी जो कद इंस्टा हैबी लाइव होंगे तो लोग सब तो वध की कमेंट करते हैं सत श्री अकाल जी लोगों का भी सरया पाया यूट्यूब पर सब तो वध की सर्च कर दो न्यू पंजाबी फिल्म ट्रेलर मैं ते कोई भी ट्रेलर जेड़ा भी नवा ट्रेलर है या अपने आप नु कदे गूगल कीता मैं कीता बहुत बार की सर्च करके देखदे हुन्ने राजशोकर तानिया राजशोकर एज क्योंकि मेरी एज इनकरेक्ट है ठीक कराओ तुसी ओहो एडी गलती हाय चलो अगला सवाल बॉलीवुड या हॉलीवुड च किसे नु डेट करना होवे ता को कौन होगा कियानू रीव्स मैं पहले मान लिया तुसी लेन सकते हाय बहुत ज्यादा टफ क्वेश्चन है Leonardo DiCaprio मेरी तो फोटो भी है उन्होंने वो वैक्स फिगर है यस मैडम तो सो ब्रैकेट से पाया है स्टार लाइक वैक्स फिगर वाली अगला सवाल यस अवार्ड फंक्शन या फ्रेंड का ब्याह फ्रेंड का ब्याह फ्रेंड का ब्याह फ्रेंड का ब्याह सॉरी ऐसे ज्यादा सच नहीं बोलता अवार्ड फंक्शन पे भी आवांगे सी साडे अवार्ड नहीं मिस करने है सुन के नहीं मिस कर दे फ्रेंड के ब्याह पे तुम नाच सकते हो अवार्ड फंक्शन पे नाच नहीं सकते उठे तो नु बहुत क्लासी रहना पड़ता है यारी निभानी है अगला सवाल एक पासे दस गाने एज अ लीड दूजे पासे फिल्म की चूज करूंगे मैनू ते सॉर्टेड फिल्म एक दूजे दी कोई एक एक खूबी जो लेनी चाहंदे हो तानिया दी क्यूटनेस मैं तेरी हाइट लेके भजूंगी मुड़ के तुसी टक्कर ना फेर फिल्मा च ही आ किथे भजोगे हां चलो जी अगला एट द मोमेंट किसे नु झूठ बोलना होवे केड़ा बहाना दिमाग चाहंदा लेट आ प्रमोशंस ते आ बात कर दे चलान हो गया सी देखो मैं कंटिन्यूटी मेंटेन कर रही हूं जो चीज मैं स्टार्ट थी उसके लिए मैं हुन भी यूज कर रही हूं बहुत इजीली निकल रहे हैं एक्चुअली सवालना तो ना पर बढ़िया आंसर सी ना बहाना ही मारना है बहुत ज्यादा दुखी लग रहा हूं चलाना तो तुसी मैं तो भी कर दिया कोई हीला फर्स्ट डिनर पे कीता होना चलान सारे कीते छोड़ देने हो करे आ जंदे आजकल फोटो खींच के आंदिया करे बड़े तेज ने जी चलो अगला सवाल फर्स्ट डिनर डेट ते बिल कुड़ी नु पे करना चाहिए सच है झूठ सच है झूठ आई मीन मेनू तो कोई मेरे को हैगे मैं कर दूंगी पे मेनू कोई चक्कर नहीं ठीक है मैं हजे भी क्लासिक हां आई स्टिल लाइक अ गाय पेइंग फॉर द फर्स्ट बिल बाद विच जे तुसी स्प्लिट करना क्योंकि पहला थोनू मुंडा बाहर लेके जांदा है बाद च तुसी खुद डिसाइड कर दियो कि आपा बाहर चलिए सो मैं थोड़ी ऑर्थोडॉक्स हां पक्को ठीक है अगला सवाल एक तारीफ जो कुड़ियां हमेशा सुनना चाहंदियां ने Oh, you're looking so beautiful. कपड़े सोने ने। अगला सवाल। औरंगजेब दिल्ली केड़े काम तो गया सी? होने कोई काम नहीं। Just kidding. ओहो, ये भी ना। अगला सवाल, आखरी। थोड़ी तरीके क्या होने लग गई हैं सी? आखरी सवाल बहुत गंभीर है। मित्रा का ना चलता मूवी केड़ी डेट नू रिलीज हो रही है? 2023 थिएटर च मेरा सवाल भी नहीं पूरा सुने थे पहला जवाब क्या बात है जमा टेचे जवाब दिते तुसी मैं सारे प्रोड्यूसर्स ने सानू
ਚੰਡਿਆ ਪਿਆ 8 ਮਾਰਚ ਦੇ ਨਾਲ ਸੋ ਅਸੀਂ ਤਾਂ ਭੁੱਲ ਨਹੀਂ ਸਕਦੇ ਉਹ ਡੇਟ ਹੁਣ ਜਿੰਨਾ ਤੱਕ 8 ਮਾਰਚ ਨਹੀਂ ਆਉਂਦੀ ਭੁੱਲਣੀ ਬਣਦੀ ਵੀ ਨਹੀਂ ਆਹੋ ਘੈਂਟ ਫਿਲਮ ਹੈ ਪੂਰੀ ਆਪਾਂ ਦੇਖ ਕੇ ਆਏ ਹੋਏ ਮੈਂ ਤਾਂ ਫਾਈਲ ਪਹਿਲਾਂ ਹੀ ਬੰਦ ਕਰਤੀ ਸੀ ਪਹਿਲਾਂ ਤਾਂ ਆਏ ਹੋਏ ਜ਼ਰੂਰੀ ਕੰਮ ਤਾਂ ਰਹਿ ਗਿਆ ਇੱਥੇ ਨਾ ਘੁੱਗੀ ਮਾਰ ਦਿਓ ਤੁਸੀਂ ਦੋਹੇ ਜਣੇ ਖਾਲੀ ਮੇਰੇ ਤੇ ਮੰਮੀ ਨੇ ਕਿਹਾ ਘੁੱਗੀ ਨਹੀਂ ਮਾਰ ਕੇ ਆਈਦੇ ਇੱਥੇ ਮੈਂ ਉੱਤੇ ਲਿਖ ਦੂੰਗੀ ਆਪੇ ਮੈਂ ਤੇ ਨਹੀਂ ਮਾਰਦੀ ਤੁਸੀਂ ਮਾਰ ਦਿਓ ਮੈਂ ਤੇ ਲਿਖ ਕੇ ਮਾਰੂੰਗੀ ਵੀ ਮਿੱਤਰਾਂ ਦਾ ਨਾਂ ਚੱਲਦਾ ਹੈ ਹਾਂ ਹੈਂਡ ਰਾਈਟਿੰਗ ਦੇਖ ਲਓ ਕਿੰਨੀ ਸੋਹਣੀ ਹੈ ਚੱਲਦਾ ਹੈ 8 ਮਾਰਚ 2023 ਇਨ ਸਿਨੇਮਾਸ ਇਹੀ ਤਾਂ ਮੈਂ ਲਿਖਣਾ ਸੀ ਅਸੀਂ ਦੋਵੇਂ ਜਣੇ ਗਰੰਟੀ ਦਿੰਨੇ ਆ ਵੀ 8 ਮਾਰਚ ਨੂੰ ਆ ਜਾਏਗੀ ਐ ਲੋ ਮੇਰੇ ਸਾਈਨ ਠੀਕ ਹੈ ਤੁਸੀਂ ਵੀ ਘੁੱਗੀ ਜੀ ਮਾਰ ਦੋ ਫਾਰਮੈਲਿਟੀ ਹੈ ਵੀ ਆਪੀ ਤੁਹਾਡੀ ਹਾਜ਼ਰੀ ਇੱਥੇ ਲੱਗੀ ਹੈ ਤੇ ਬਈ ਮੈਨੂੰ ਤਾਂ ਕੱਲ ਮਿਲਾ ਕੇ ਬਹੁਤ ਸਵਾਦ ਆਇਆ ਗੱਲਾਂ ਬਾਤਾਂ ਕਰਕੇ ਚਾਹ ਤਾਂ ਆਈ ਨਹੀਂ ਚਾਹ ਨਾ ਪਕੌੜੇ ਆਏ ਉਹ ਅੱਡ ਕਮਰੇ 'ਚ ਜਾ ਕੇ ਪਿਆਉਂਦੇ ਆ ਤੁਹਾਨੂੰ ਦੇਖੋ ਜੀ ਸ਼ਿੰਦੋ ਤੇ ਕੋਈ ਸ਼ੱਕ ਨਹੀਂ ਕਰਨਾ ਸ਼ਿੰਦੋ ਦਾ ਬਹੁਤ ਨਾਂ ਚੱਲਦਾ ਇੱਥੇ ਮੈਂ ਪੂਰਾ ਪਹਿਰਾ ਬਾਹਰ ਖੜਾ ਕੀਤਾ ਹੋਇਆ ਕਿਸੇ ਦੀ ਕੀ ਮਜਾਲ ਜੀ ਮੈਂ ਇੱਥੇ ਬੈਠੀ ਹਾਂ ਤੇ ਚਾਚੇ ਤਾਏ ਦੀਆਂ ਮਾਮੇ ਮਾਸੀਆਂ ਦੀਆਂ ਕੁੜੀਆਂ ਇੱਥੇ ਬੈਠੀਆਂ ਨੇ ਗੱਲਾਂ ਮਾਰਦੀਆਂ ਨੇ ਕਿਸੇ ਦੀ ਕੀ ਮਜਾਲ ਕੋਈ ਆ ਕੇ ਡਿਸਟਰਬ ਕਰ ਜੇ ਹੁਣ ਗੱਲਾਂ ਬਾਤਾਂ ਹੋ ਗਈਆਂ ਕਾਰਵਾਈ ਹੋ ਗਈ ਫਿਲਮ ਤੁਹਾਡੀ ਮੈਂ ਕਹਿਣੀ ਆ ਸੁਪਰ ਡੁਪਰ ਹਿੱਟ ਜਾਊਗੀ ਕਿਉਂਕਿ ਤੁਹਾਡੇ ਮੈਂ ਲਾਲਿਆ ਸਾਹਿਬ ਬੰਦੇ ਬਹੁਤ ਘੈਂਟ ਹੋ ਤੁਸੀਂ ਤੁਹਾਡੀ ਪ੍ਰੈਜੈਂਸ ਆਫ ਮਾਈਂਡ ਨੂੰ ਮੰਨ ਗਈ ਮੈਂ ਸਵਾਦ ਹੀ ਆ ਗਿਆ ਨਿਹਰਾ ਗੱਲਾਂ ਬਾਤਾਂ ਕਰਕੇ ਤੇ ਰਹੀ ਗੱਲ ਚਾਹ ਦੀ ਉਹ ਆਪਾਂ ਹੁਣੇ ਤੇ ਕੋ ਤੁਹਾਡੇ ਕੀ ਸੀ ਉਹ ਕੀ ਸੀਗੇ ਫਰਾਈਜ਼ ਪਕੌੜੇ ਪੋਟੈਟੋ ਸਵੀਟ ਪੋਟੈਟੋ ਸੀ ਉਹ ਔਰੇਂਜ ਔਰੇਂਜ ਹੀ ਹੁੰਦਾ ਉਹ ਉਹੀ ਉਹੀ ਉਹ ਮੰਗਾਉਣ ਲੈਨੇ ਆ ਹਨਾ ਉਹ ਮੰਗਾ ਲੈਨੇ ਆ ਚਲੋ ਠੀਕ ਹੈ ਜੀ ਆ ਤੁਹਾਡੇ ਕੇਸ ਦੀ ਫਾਈਲ ਹੋ ਗਈ ਕਲੋਜ਼ ਤੇ ਫਿਲਮ ਤੁਹਾਡੀ ਆ ਪਾਸ ਹੁਣ ਤੁਸੀਂ ਬਾਇਜ਼ਤ ਬਰੀਓ ਤੇ ਟੌਰ ਨਾਲ ਖਿੱਚ ਤੋਂ ਪ੍ਰੋਮੋਸ਼ਨਾਂ ਦਾ ਕੰਮ ਆਹੋ ਸੋ ਮੈਂ ਜੀ ਸਾਰਿਆਂ ਨੂੰ ਕਹਿਣਾ ਚਾਹੂੰਗੀ ਡਿੰਪੀ ਨੂੰ ਵੀ ਜਿਹਨਾਂ ਕੋਲ ਉਹ ਚਾਹ ਲੈਣ ਚੱਲਾ ਵੀ ਸਾਰਿਆਂ ਨੂੰ ਦੱਸ ਕੇ ਆਏਗੀ ਸਾਡੀ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਹੈ ਜੋ ਕਿ ਡਾਇਰੈਕਟਡ ਬਾਏ ਪੰਕਜ ਬਤਰਾ ਰਿਟਨ ਬਾਏ ਰਕੇਸ਼ ਧਵਨ ਜੀ ਪਰਫੋਰਮਡ ਬਾਏ ਆਲ ਆਫ ਅਸ ਗਿੱਪੀ ਜੀ ਮੈਂ ਰਾਜ ਰੇਨੂ ਆਰਚੀ ਅਸੀਂ ਸਾਰਿਆਂ ਨੇ ਪਰਫੋਰਮ ਕੀਤਾ ਸ਼ਵੇਤਾ ਤਿਵਾਰੀ ਜੀ ਐਂਡ ਸੋ ਮੈਨੀ ਵੰਡਰਫੁਲ ਐਕਟਰ ਯੂ ਵਿਲ ਸੀ ਇਨ ਦ ਫਿਲਮ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਡਿਫਰੈਂਟ ਸਬਜੈਕਟ ਨੂੰ ਤੁਹਾਡੇ ਸਾਰਿਆਂ ਤੱਕ ਲਿਆਉਣ ਲਈ ਇਨ ਅ ਵੈਰੀ ਵੰਡਰਫੁਲ ਮੈਨਰ ਆਫ ਕੌਮੇਡੀ ਰੋਮੈਂਸ ਡਰਾਮਾ ਸਸਪੈਂਸ ਐਂਡ ਅ ਗ੍ਰੇਟ ਬੈਕਗਰਾਊਂਡ ਮਿਊਜ਼ਿਕ ਇਨ ਇਟ ਸੋ ਤੁਸੀਂ ਇਸ ਫਿਲਮ ਨੂੰ ਇੰਜੋਏ ਕਰੋ ਥੀਏਟਰਸ 'ਚ ਜਾ ਕੇ ਵੇਖੋ ਐਂਡ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਕਿਉਂਕਿ ਇਸ ਫਿਲਮ 'ਚ ਬਹੁਤ ਐਕਸਟਰਾ ਐਫਰਟ ਲੱਗਾ ਅਸੀਂ ਸ਼ੂਟ ਕਰਨ ਲਈ ਬਹੁਤ ਸੱਟਾਂ ਲਵਾਈਆਂ ਨੀਲ ਪਵਾਏ ਨੇ ਬਹੁਤ ਨੀਲ ਪਵਾਏ ਨੇ ਬਹੁਤ ਕੁੱਟ ਖਾਧੀ ਹੈ ਬਹੁਤ ਗਰਮੀ ਦੇ ਵਿੱਚ ਇਹ ਫਿਲਮ ਅਸੀਂ ਇੱਥੇ ਸ਼ੂਟ ਕੀਤੀ ਹੈ ਸਾਨੂੰ ਵੈਦਰ ਉਹ ਵਾਲਾ ਚਾਹੀਦਾ ਸੀ ਐਂਡ ਮੋਸਟ ਆਫ ਇਟ ਇਹ ਹਰ ਬੰਦਾ ਇਸ ਫਿਲਮ ਨੂੰ ਆਪਣੇ ਨਾਲ ਰਿਲੇਟ ਕਰ ਸਕਦਾ ਉਹ ਰਿਐਲਿਟੀ ਉਹ ਰਿਲੇਟੇਬਿਲਿਟੀ ਤੋਂ ਵੱਧ ਕੇ ਕੁਛ ਨਹੀਂ ਸੋ ਤੁਸੀਂ ਥੀਏਟਰਸ 'ਚ ਜਾ ਕੇ ਵੇਖਣਾ ਸਾਡੀ ਫਿਲਮ ਤੁਹਾਡੇ ਪੈਸੇ ਵਸੂਲ ਹੋਣਗੇ ਇੰਨਾ ਆਈ ਅਸ਼ੋਰ ਯੂ ਕਿਉਂਕਿ ਸਟੋਰੀ ਕੋਨਸੈਪਟ ਐਵਰੀਥਿੰਗ ਇਜ਼ ਔਨ ਪੁਆਇੰਟ ਮੈਂ ਆਪ ਫਿਲਮ ਵੇਖੀ ਹੈ ਐਂਡ ਇਟ ਇਜ਼ ਵਰਥ ਵਾਚਿੰਗ ਫਿਲਮ ਜ਼ਰੂਰ ਦੇਖਣਗੇ ਜੀ ਰਾਜੀ ਤੁਸੀਂ ਵੀ ਲਾ ਦਿਓ ਇੱਕ ਗੁਹਾਰ ਬਟ ਯਾ ਸਾਡੀ ਫਿਲਮ ਬਹੁਤ ਨਵਾਂ ਕੋਨਸੈਪਟ ਨਹੀਂ ਮੈਂ ਕਹਾਂਗੀ ਬਟ ਇਟਸ ਵੈਰੀ ਨਿਊ ਐਂਡ ਵੈਰੀ ਫਰੈਸ਼ ਫੋਰ ਪੰਜਾਬੀ ਸਿਨੇਮਾ ਸੋ ਅਸੀਂ ਕਦੇ ਵੀ ਇਹ ਨਹੀਂ ਕਹਾਂਗੇ ਕਿ ਸਾਡੀ ਫਿਲਮ ਬਹੁਤ ਆਊਟ ਆਫ ਦ ਬੋਕਸ ਹੈ ਤੁਸੀਂ ਇਹੋ ਜਿਹਾ ਕੁਝ ਨਹੀਂ ਦੇਖੋ ਤੁਸੀਂ ਇਹੋ ਚੀਜ਼ਾਂ ਬਹੁਤ ਸੁਣ ਲਈਆਂ ਹੁਣ ਅਸੀਂ ਤੁਹਾਨੂੰ ਬਸ ਇਹ ਕਹਾਂਗੇ ਕਿ ਮਿੱਤਰਾਂ ਦਾ ਨਾਂ ਚੱਲਦਾ ਇੱਕ ਨਵਾਂ ਅਟੈਂਪਟ ਹੈ ਮਿੱਤਰਾਂ ਦਾ ਨਾਂ ਚੱਲਦਾ ਸਾਰਿਆਂ ਦੀ ਬਹੁਤ ਮਿਹਨਤ ਲੱਗੀ ਇਟਸ ਵੈਰੀ ਬਿਗ ਸਟਾਰਕਾਸਟ ਸੀ ਬਹੁਤ ਕੁਝ ਸਿੱਖਿਆ ਹੈ ਇਸ ਤੋਂ ਐਜ਼ ਅ ਵੂਮੈਨ ਮੈਂ ਬਹੁਤ ਕੁਝ ਸਿੱਖਿਆ ਹੈ ਮੈਨੂੰ ਆਪਣੇ ਬਾਰੇ ਬਹੁਤ ਕੁਝ ਪਤਾ ਲੱਗਾ ਕਿ ਕਿਹੜੀਆਂ ਚੀਜ਼ਾਂ ਸਹੀ ਨੇ ਕਿਹੜੀਆਂ ਚੀਜ਼ਾਂ ਗਲਤ ਨੇ ਤਾਂ ਉਸ ਦੇ ਲਈ ਤੁਸੀਂ ਦੇਖਣ ਜਾ ਸਕਦੇ ਹੋ ਫਿਰ ਮਿੱਤਰਾਂ ਦਾ ਨਾਂ ਚੱਲਦਾ 8 ਮਾਰਚ ਸਾਡੇ ਸਾਰੇ ਐਪੀਸੋਡ 'ਚ ਮਿੱਤਰਾਂ ਦਾ ਨਾਂ ਚੱਲਦਾ ਹੋਈ ਹੈ ਇੱਕ ਵਾਰੀ ਮੈਂ ਕਹਿੰਦੀ ਗਾਣਾ ਹੋ ਜੇ ਇੱਕ ਲਾਈਨ ਹੀ ਹੋ ਜੇ ਕਿਹੜਾ ਗਾਣਾ ਮੈਂ ਚਲੋ ਆਪੇ ਚੱਲਦੇ ਆ ਜਾਓ ਸ਼ਿੰਦੋ ਦਾ ਥਾਣਾ ਸ਼ਿੰਦੋ ਦਾ ਥਾਣਾ ਸ਼ਿੰਦੋ 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 ਦਾ ਥਾਣਾ